ਮੁਫਤੀ ਸਾਹਿਬ ਇਹ ਬੰਦਾ ਜਿਹੜਾ ਨਾ ਇਹ ਬੰਦਾ ਬੰਦੇ ਦੀ ਟੋਨ ਹੀ ਹੋਦੀ ਹੈ ਸਾਹਿਬ ਭਾਈ। ਪੜੋ ਇਹ ਪੜੋ ਇਹ ਪੜੀ ਹੈ ਇਬਾਰਤ, ਇਹ ਇਬਾਰਤ ਪੜ ਕੇ ਮੈਨੂੰ ਸੁਣਾਉਣ ਦਿਓ ਜ਼ਰਾ। ਇਹ ਰੂਹਾਨੀ ਖਜ਼ਾਇਨ ਜਿਲਦ 10 ਸਫਾ 118 ਦੇ ਉੱਤੇ ਮਿਰਜ਼ਾ ਕਾਦੀਆਨੀ ਕਹਿੰਦਾ, ਬਾਬਾ ਸਾਹਿਬ ਆਪਣੇ ਗ੍ਰੰਥ ਕੇ ਕਈ ਮਕਾਮ ਮੇ ਬਤਲਾ ਚੁਕੇ ਹੈ ਕਿ ਜੋ ਆਪ ਹੀ ਆਪ ਬਗੈਰ ਕਿਸੀ ਮੁਜਤ ਕੇ ਇਜਾਦ ਕੇ ਮੌਜੂਦ ਹੈ, ਵੋ ਸਿਰਫ ਪਰਮੇਸ਼ਰ ਹੈ। ਮਿਰਜ਼ਾ ਕਾਦੀਆਨੀ ਕਹਿੰਦਾ ਹੈ ਕਿ ਗੁਰੂ ਗ੍ਰੰਥ ਦੇ ਵਿੱਚ ਬਾਬਾ ਸਾਹਿਬ ਨੇ ਫਰਮਾਇਆ ਵੇ ਕਿ ਜਨਾਬ, ਹਾਲਾਂਕਿ ਬਾਬਾ ਸਾਹਿਬ ਦੀਆਂ ਕਿਤਾਬ ਹੀ ਨਹੀਂ ਹੈ, ਗੁਰੂ ਗ੍ਰੰਥ ਬਾਬਾ ਸਾਹਿਬ ਦੀ ਕਿਤਾਬ ਹੀ ਯਾਦ ਰੱਖਿਆ ਜੀ। ਅੱਛਾ ਯਾਰ ਸੁਣੋ ਵੀ ਤੁਸੀਂ ਨਾ, ਮੈਂ ਸੁਣੋ। ਅੱਛਾ ਗ੍ਰੰਥ ਦੇ ਵਿੱਚ ਲਿਖਿਆ ਜੀ, ਪਰਮੇਸ਼ਰ ਜਿਹੜਾ ਵੇ ਉਹ ਖੁਦਾ ਵੇ ਬਾਬਾ ਗੁਰੂ ਨਾਨਕ ਸਾਹਿਬ ਦਾ। ਤੇ ਮਿਰਜ਼ਾ ਕਾਦੀਆਨੀ ਕਹਿੰਦਾ ਉਹ ਜਿਹੜਾ ਪਰਮੇਸ਼ਰ ਹੈ ਨਾ, ਮੇਰੀ ਨਾਫ ਤੂੰ 10 ਉਂਗਲੀਆਂ ਥੱਲੇ ਜ਼ਕਰ ਹੁੰਦਾ ਹੈ, ਜ਼ਕਰ ਮਰਦ ਦੀ ਸ਼ਰਮਗਾਹ ਹੁੰਦੀ ਹੈ। ਮਿਰਜ਼ਾ ਕਾਦੀਆਨੀ ਨੇ ਬਾਬਾ ਗੁਰੂ ਨਾਨਕ ਦੇ ਖੁਦਾ ਨੂੰ ਗਾਲੀ ਦਿੱਤੀ ਹੈ, ਇਹਦੇ ਬਾਰੇ ਦੱਸੋ। ਇਹ ਕਿਆ ਗ੍ਰੰਥ ਦੇ ਵਿੱਚ ਇਹ ਲਿਖਿਆ, ਦੱਸੋ ਮੈਨੂੰ, ਦੱਸੋ, ਜਵਾਬ ਦਿਓ। ਨਹੀਂ ਗਲਤ ਲਿਖਿਆ ਜੀ, ਗਲਤ ਲਿਖਿਆ। ਅੱਛਾ ਇਹ ਹੀ ਤੇ, ਅੱਛਾ ਇੱਕ ਸੈਕਿੰਡ ਮੁਫਤੀ ਸਾਹਿਬ, ਪਤਾ ਕੀ ਹੈ ਮੁਫਤੀ ਸਾਹਿਬ ਇੱਕ ਸੈਕਿੰਡ ਰੁਕੋ ਮੁਫਤੀ ਸਾਹਿਬ। ਨਹੀਂ ਮੁਫਤੀ ਸਾਹਿਬ, ਇੱਥੇ ਪਤਾ ਕੀ ਚੀਜ਼ ਹੈ, ਮੇਰਾ ਇੱਕ ਕੰਟੈਂਟ ਸੀ ਉਹਦੇ ਤੋਂ ਥੋੜਾ ਜਿਹਾ ਅਸੀਂ ਹਟਨੇ ਆ ਪਏ, ਪਲੀਜ਼। ਤੇ ਪਤਾ ਕੀ, ਇੱਕ ਕਿਤਾਬ ਪੜ੍ਹਨ ਦਾ ਜ਼ਿਕਰ ਕਰਨਾ ਇਹ ਵੋ ਸਿਰਫ ਤੇ ਸਿਰਫ ਤੁਹਾਡੀ ਸਿੱਖ ਕਮਿਊਨਿਟੀ ਨੂੰ ਇਹ ਦੱਸਣਾ ਸੀ, ਕਿਤਾਬ ਪੜ੍ਹਨਾ ਨਹੀਂ ਸਿਰਫ ਹਾਈਲਾਈਟ ਕਰਨ ਦਾ, ਠੀਕ ਹੈ। ਇਹ ਮੈਸੇਜ ਮੇਰਾ ਦੇਖ ਲਵੋ ਤੇ ਪਲੀਜ਼ ਮੈਂ ਹੱਥ ਜੋੜ ਕੇ ਕਹਿੰਦਾ ਵਾਂ ਕਿ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਇਹ ਜੋ ਕੁਛ ਇੰਤਸ਼ਾਰ ਫੈਲਾਉਂਦੇ ਨੇ ਨਾ, ਕਿ 2-4 ਲੋਕ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਠੀਕ ਹੈ, ਅਤੇ ਇਹ ਸਾਰੇ ਪੰਜਾਬੀ ਰਲ ਕੇ ਕਰ ਸਕਦੇ ਨੇ। ਮੈਂ ਕਿਉਂ ਇਸ ਚੀਜ਼ ਦਾ ਜ਼ਿਕਰ ਕੀਤਾ, ਕੱਲ੍ਹ ਤੁਸੀਂ ਮੇਰੀ ਬਰਾਡ ਦੇਖੀ ਹੋਣੀ ਹੈ, ਪਰਸੋਂ ਦੇਖੀ ਹੋਣੀ ਹੈ, ਸਿਰਫ ਜੱਫੀ ਦੀ ਫੋਟੋ ਪਾਈ ਦੀ ਸੀ, ਠੀਕ ਹੈ। ਲੇਕਿਨ ਬਰਾਡਾਂ ਜਿਹੜੀਆਂ ਚੱਲਦੀਆਂ ਨੇ ਪਈਆਂ, ਇੰਤਸ਼ਾਰ ਦੀਆਂ ਬਰਾਡਾਂ, ਠੀਕ ਹੈ, ਉਹਨਾਂ ਨੂੰ ਦੇਖਦਿਆਂ ਹੋਇਆਂ ਇਹ ਚੀਜ਼ ਮੈਨੂੰ ਡੈਫੀਨੇਟਲੀ ਹਾਈਲਾਈਟ ਕਰਨੀ ਪਈ ਹੈ ਕਿ ਜਨਾਬ ਜੋ ਕੁਛ ਕਰਵਾ ਰਹੇ ਨੇ ਇਹ ਕਾਦੀਆਨੀ ਹਾਈਪ ਕਰਵਾ ਰਹੇ ਨੇ ਇਹਨਾਂ ਚੀਜ਼ਾਂ ਨੂੰ, ਠੀਕ ਹੈ, ਸਾਡੇ ਮਜ਼ਹਬ ਨੂੰ ਟਾਰਗੇਟ ਕਰਵਾ ਰਹੇ ਨੇ, ਉਹਨਾਂ ਦੀ ਵਜ੍ਹਾ ਨਾਲ ਤੁਹਾਡਾ ਮਜ਼ਹਬ ਟਾਰਗੇਟ ਹੋ ਰਿਹਾ। ਮੇਰਾ ਸਿਰਫ ਤੇ ਸਿਰਫ ਇੱਕ ਦੋਵਾਂ ਪਾਰਟੀਆਂ ਤੋਂ ਆਪਣੇ ਮੁਸਲਮਾਨਾਂ ਨੂੰ ਵੀ ਅਤੇ ਸਿੱਖਾਂ ਨੂੰ ਵੀ, ਜਿੰਨੀ ਤੁਹਾਡੀ ਕੋਸ਼ਿਸ਼ ਹੋ ਸਕਦੀ ਹੈ ਇਹ ਮਜ਼ਹਬ ਟਾਰਗੇਟ ਨੂੰ ਰੋਕਿਆ ਜਾਏ, ਠੀਕ ਹੈ। ਅਤੇ ਇੱਕ ਇਹ ਜਿਹੜੀ ਕਿਤਾਬ ਸੀ 7 ਬਚਨ, ਇਹਦਾ ਜ਼ਿਕਰ ਕਰਨਾ ਸਿਰਫ ਇਸ ਵਾਸਤੇ ਜ਼ਰੂਰੀ ਸਮਝਿਆ ਕਿ ਕਾਦੀਆਨੀ ਬਗੈਰਤ ਦੇ ਬੱਚੇ ਹੁਣ ਵੀ ਆਪਣੀਆਂ ਲਾਈਵਾਂ ਚਲਾ ਕੇ ਅਤੇ ਇਸ ਚੀਜ਼ ਨੂੰ ਹਵਾ ਦੇ ਰਹੇ ਨੇ, ਠੀਕ ਹੈ। ਅਤੇ ਜੇ ਮੁਫਤੀ ਸਾਹਿਬ ਨੇ ਕਿਤਾਬ ਗੁਰੂ ਗ੍ਰੰਥ ਸਾਹਿਬ ਰੱਖੀ ਦੀ ਹੈ ਨਾ, ਅਤੇ ਮੈਨੂੰ ਇੰਨਾ ਇਮਾਨ ਹੈ ਮੁਫਤੀ ਸਾਹਿਬ, ਯਕੀਨ ਹੈ ਮੁਫਤੀ ਸਾਹਿਬ 'ਤੇ ਕਿ ਉਹ ਐਡੇ ਬਾਸ਼ੌਰ ਇਨਸਾਨ ਨੇ ਕਿ ਉਹ ਕਿਸੇ ਦੀ ਵੀ ਮਜ਼ਹਬੀ ਕਿਤਾਬ ਦੀ ਡਿਸਰਿਸਪੈਕਟ ਨਹੀਂ ਕਰਦੇ, ਠੀਕ ਹੈ। ਇਹ ਜਿਹੜੀਆਂ ਗੱਲਾਂ ਮੁਫਤੀ ਸਾਹਿਬ ਕਰਦੇ ਨੇ ਪਏ, ਇਹ ਆਪਣਾ ਬਿਆਨ ਨਹੀਂ ਉਹਨਾਂ ਦਾ, ਇਹ ਜਿਹੜੀ ਮਿਰਜ਼ੇ ਕਾਦੀਆਨੀ ਨੇ ਕਿਤਾਬ ਲਿਖੀ ਦੀ ਏ, ਇਹ ਉਹਦੇ ਵਿੱਚ ਸਾਰਾ ਕੁਝ ਲਿਖਿਆ ਦਵੇ। ਜੇ ਤੁਸੀਂ ਇਹੀ ਕਿਤਾਬ ਮਰਜ਼ਈਆਂ ਦੀ ਲਾਈਫ ਦੇ ਉੱਤੇ ਪੜ੍ਹੀ ਜਾਂਦੀ ਹੈ ਪਈ, ਲੇਕਿਨ ਉਹ ਇਹ ਚੀਜ਼ ਹਾਈਲਾਈਟ ਨਹੀਂ ਕਰਦੇ ਪਏ, ਠੀਕ ਹੈ। ਮੈਂ ਤੁਹਾਨੂੰ ਦੱਸਣਾ ਵਾਂ, ਇਹ ਦੇਖੋ, ਇਹ ਮੈਂ ਕੈਮਰਾ ਆਨ ਕਰਕੇ ਦੱਸਣਾ ਵਾਂ, ਇਹ ਦੇਖੋ ਜੀ, ਜੇ ਇੰਡੀਆ ਦੇ ਵਿੱਚ ਇਹ ਕਿਤਾਬ ਬੈਨ ਹੈ, ਠੀਕ ਹੈ, ਤੇ ਫਿਰ ਇਹ ਮਰਜ਼ਈਆਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਕੀ ਕਰਦੀ ਹੈ ਪਈ, ਠੀਕ ਹੈ। ਇਹ ਦੇਖ ਲਓ,
ਇਹ ਥੱਲੇ ਕਾਣਾ ਜੇ ਇਹ ਉਹਨਾਂ ਦਾ ਖੋਤੀ ਦਾ ਬੱਚਾ ਜਿਹੜਾ ਹੁਣ ਜ਼ਿੰਦਾ ਵੇ, ਇਹ ਉਹੀ ਕਿਤਾਬ ਸੱਤ ਬਚਨ, ਠੀਕ ਹੈ। ਮੈਂ ਜਦੋਂ ਵੀ ਇਹ ਕਿਤਾਬ ਪੜ੍ਹੀਏ ਨਾ, ਠੀਕ ਹੈ, ਇਹ ਸੱਤ ਬਚਨ ਕਿਤਾਬ ਜੇ ਮੈਂ ਸਿਰਫ ਤੇ ਸਿਰਫ ਸਿਰਫ ਸਿੱਖਾਂ ਭਰਾਵਾਂ ਦੀ ਦਿਲ ਅਜ਼ਾਰੀ ਨਾ ਹੋਏ ਤੇ ਇਹ ਸਫ਼ਾ 144 ਦੇ ਵਿੱਚ ਜੋ ਥੱਲੇ ਇਬਾਰਤ ਹੈ ਮਿਰਜ਼ੇ ਕਾਦਿਆਨੀ ਨੇ ਲਿਖੀ ਦੀ ਹੈ ਨਾ, ਮੈਂ ਸਿਰਫ ਇਹ ਪੜ੍ਹਨਾ ਵਾਂ, ਉਹ ਵੀ ਸਿੱਖਾਂ ਭਰਾਵਾਂ ਕੋਲੋਂ ਇਜਾਜ਼ਤ ਲੈ ਕੇ, ਠੀਕ ਹੈ। ਜਿਨ੍ਹਾਂ ਨੇ ਕਿਤਾਬ ਦਾ ਮਤਾਲਿਆ ਕੀਤਾ ਦਾ, ਜਿਨ੍ਹਾਂ ਨੂੰ ਪਤਾ ਵੇ ਕਿਤਾਬ ਦੇ ਵਿੱਚ ਕੀ ਕੀ ਬਕਵਾਸ ਲਿਖੀ ਦੀ ਹੈ ਮਿਰਜ਼ੇ ਗੁਲਾਮ ਕਾਦਿਆਨੀ ਨੇ। ਤੁਹਾਨੂੰ ਵੱਡਾ ਵੱਡਾ ਕਰਨ ਦੀ ਲੋੜ ਹੀ ਨਹੀਂ, ਮੈਨੂੰ ਵੱਡਾ ਕਰੋ, ਮੈਂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ, ਸਿੱਖ ਸਾਰੇ ਭਰਾ ਆਪ ਪੜ੍ਹ ਲੈਣ ਕਿ ਇਸ ਦਾ ਮਤਲਬ ਕੀ ਬਣਦਾ ਹੈ, ਜਿਹੜੀ ਹੈ ਇਬਾਰਤ ਜਿਹੜੀ ਲਿਖੀ ਹੈ, ਸਿਰਫ ਇਹਦਾ ਮੈਂ ਤਰਜਮਾ ਕੀਤਾ ਹੈ। ਗੱਲ ਪਤਾ ਕੀ ਹੈ, ਦੇਖੋ ਮੇਰੀ ਗੱਲ ਸੁਣੋ, ਅਸੀਂ ਪੰਜਾਬੀ ਆ ਨਾ, ਅਸੀਂ ਬਗੈਰ ਸੋਚਿਆਂ ਸਮਝਿਆਂ ਕਿਸੇ ਦੇ ਉੱਤੇ ਇਲਜ਼ਾਮ ਲਗਾ ਦਿੰਦੇ ਹਾਂ ਕਿ ਇਹ ਬੰਦਾ ਸਾਡੀ ਡਿਸਰਿਸਪੈਕਟ ਪੇ ਕਰ ਦੇਵੇ ਤੇ ਇਹ ਹੋ ਰਿਹਾ ਤੇ ਉਹ ਹੋ ਰਿਹਾ। ਮੈਂ ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਵੀ ਨੇ ਮੁਸਲਮਾਨ ਕੋਈ ਐਸਾ ਕਿਸੇ ਦੀ ਮਜ਼ਹਬ ਦੀ ਗੁਸਤਾਹੀ ਕਰਨਾ ਕੋਈ ਅੱਛਾ ਇਨਸਾਨ ਨਹੀਂ ਕਰ ਸਕਦਾ। ਜਿਹੜੇ ਕਰਦੇ ਨੇ ਪੇ, ਮੈਂ ਉਹਨਾਂ ਨੂੰ ਉਹ ਕਿਸੇ ਵੀ ਮਜ਼ਹਬ ਦੇ ਨਾਲ ਸਮਝਦਾ ਹੀ ਨਹੀਂ ਆ। ਲੇਕਿਨ ਗੱਲ ਇਹ ਵੇ ਕਿ ਇਸ ਟਾਈਮ ਜੋ ਹੋ ਰਿਹਾ ਵੇ ਟਿਕਟੋਕ ਦੇ ਉੱਤੇ, ਪਿਕਚਰ ਚੇਂਜ ਕਰਨ ਦਾ ਕੀ ਫਾਇਦਾ, ਕੀ ਕਿਉਂ ਮੈਂ ਕੰਟੈਂਟਸ 'ਚ ਆਪਣਾ ਚੇਂਜ ਕੀਤਾ? ਥੋੜ੍ਹਾ ਜਿਹਾ ਵਜ੍ਹਾ ਇਹ ਸੀ ਕਿ ਜੋ ਇੰਤਸ਼ਾਰੀ ਬੰਦੇ ਫੈਲਾ ਰਹੇ ਨੇ ਇਸ ਟਾਈਮ 'ਤੇ, ਅੱਲਾ ਦੀ ਕਸਮ ਚੁੱਕ ਕੇ ਕਹਿੰਦਾ ਵਾਂ ਇਹ ਜੋ ਕੁਛ ਵੀ ਨੁਕਸਾਨ ਹੋਏਗਾ ਨਾ, ਇਹ ਚੜ੍ਹਦੇ ਪੰਜਾਬ ਨੂੰ ਹੋਏਗਾ ਜੀ। ਤਸਵੀਰੋਂ ਪਹਿਲੇ ਠੀਕ ਸੀ ਨਾ, ਤੇ ਉਹਨੂੰ ਕਿਉਂ ਚੇਂਜ ਕੀਤਾ ਜੇ ਉਹ ਸਹੀ ਜੇ? ਉਹਦੇ ਵਿੱਚ ਇਹ ਤੁਸੀਂ ਇਹੋ ਹੀ ਦਰਸ ਦਿੱਤਾ ਵੇ ਕਿ ਬਈ ਸਿੱਖ ਤੇ ਮੁਸਲਿਮ ਭਰਾ ਭਰਾ ਨੇ ਆਪਸ 'ਚ ਸੱਤ ਬਚਨ ਬੁੱਕ ਇੰਡੀਆ ਮੇ ਬੈਨ ਕਿਉਂ, ਆਰ ਐਸ ਐਸ ਤੇ ਪਲੱਸ ਰਾਓ ਨਫ਼ਰਤ ਪੰਜਾਬੀਓ ਮੇ। ਆਰ ਐਸ ਐਸ ਤੇ ਰਾਓ ਕੀ ਜਿਹਨਾਂ ਲੋਕਾਂ ਦਾ ਫਾਊਂਡਰ ਹੀ ਗਲਤ ਹੈ, ਜਿਹਨਾਂ ਲੋਕਾਂ ਦੇ ਫਾਊਂਡਰ ਨੇ ਤੁਹਾਡੇ ਮਜ਼ਹਬ ਦੇ ਵਿੱਚ ਸਾਡੇ ਮਜ਼ਹਬ ਦੇ ਬਾਰੇ ਦੁਨੀਆਂ ਦੇ ਹਰ ਮਜ਼ਹਬ ਦੇ ਬਾਰੇ ਬੁਰੀ ਗੱਲ ਕੀਤੀ ਹੈ, ਉਹ ਲੋਕੀ ਕਿੰਨ ਚੰਗੇ ਹੋ ਸਕਦੇ ਨੇ? ਲੜਕੀਆਂ ਨੂੰ ਖਿਤਾਬ ਨਾ ਕਰੋ, ਅਸਲ ਚ ਬੜਾ ਰੌਲਾ ਹੈ, ਇੱਕ ਸਾਜ਼ਿਸ਼ ਦੇ ਜ਼ਰੀਏ ਇਹ ਹੁਣ ਕੰਮ ਡਰਾਮਾ ਹੋ ਰਿਹਾ ਕਿ ਇਹ ਹੁਣ ਲੜਕੀਆਂ ਨੂੰ ਭੇਜਣਗੇ ਤਾਂ ਕਿ ਮੁਸਲਮਾਨ ਮੁਸ਼ਤਲ ਹੋ ਕੇ ਉਹ ਸਾਡੀਆਂ ਕੁੜੀਆਂ ਨੂੰ ਕੁਝ ਕਹਿਣ ਤੇ ਅਸੀਂ ਫਿਰ ਉਹਨਾਂ ਦੀਆਂ ਵੀਡੀਓ ਬਣਾ ਕੇ ਅਸੀਂ ਫਿਰ ਇੱਕ ਨਵਾਂ ਗੇਮ ਕਰੀਏ। ਰੱਬ ਮਾਫੀ ਦੇਵੇ, ਅਸੀਂ ਕਦੇ ਵੀ ਆਪਣੀ ਭੈਣ ਕਹਿੰਦੇ ਆ। ਅਸਲਾਮ ਅਲੈਕੁਮ ਜੀ ਗਿੱਲ ਸਾਹਿਬ, ਤੁਸੀਂ ਕਹਿ ਲਓ ਜੀ ਜਨਾਬ, ਤੁਸੀਂ ਕੁਝ। ਹਾਂਜੀ ਸ਼ਾਹਿਦ ਭਾਈ, ਮੈਂ ਗੱਲ ਕਰਨ ਆਇਆ ਇੱਕ ਮਿੰਟ। ਮੌਲਵੀ ਜੀ, ਜਿਹੜੇ ਤੁਸੀਂ ਜਿਹੜਾ ਤੁਸੀਂ ਆਉਂਦੇ ਨਾ ਵੀ ਆਹ ਤੁਹਾਡੀ ਕਿਤਾਬ ਮੇਰੇ ਕੋਲ ਆ,
ਤੁਹਾਡੇ ਕੋਲੇ ਸਾਡਾ ਗੁਰੂ ਗ੍ਰੰਥ ਸਾਹਿਬ ਨਹੀਂ ਹੋ ਸਕਦਾ। ਅੱਛਾ ਨੈਟ ਦੇ ਉੱਤੇ ਮੌਜੂਦ ਨਹੀਂ ਯਾਰ। ਭਾਈ ਜੀ ਸੁਣਦੇ ਲਾਉਣ ਗੱਲ ਅਸੀਂ ਵੀ ਤੁਹਾਡੀ ਸੁਣੀ ਆ। ਉਹ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੁਕਾਨਾਂ ਤੋਂ ਨਹੀਂ ਮਿਲਦਾ? ਕਿਹੜੇ ਗੁਰੂ ਘਰ ਤੋਂ ਤੁਸੀਂ ਲਿਆਂਦਾ ਜੀ? ਉਹ ਨੈਟ ਤੇ ਤੇ ਮਿਲਦਾ ਨਾ ਪਿਆ? ਉਹ ਨਹੀਂ ਮਿਲਦਾ ਬਾਬਾ ਜੀ ਨੈਟ ਤੇ। ਉਹ ਨਹੀਂ ਮਿਲਦਾ ਨੈਟ ਦੇ ਉੱਤੇ, ਸਭ ਕੁਝ ਮੌਜੂਦ ਹੈ। ਮੈਂ ਨਾ ਗੁਰੂ ਗ੍ਰੰਥ ਸਾਹਿਬ ਜੀ ਵੀਰ ਜੀ ਹਣੀ ਜੇ ਲਿਖਤ ਆ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਲਿਖ ਦੇ ਤਿਆਰ ਕਰਦੇ ਆ। ਉਹ ਯਾਰ ਗੱਲ ਹੈ ਉਹ ਸਾਨੂੰ ਤੇ ਨਹੀਂ, ਅਸੀਂ ਵੇਖੋ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਹੈ, ਸਾਨੂੰ ਕੀ ਪਤਾ ਵੇ ਜਾਂ ਤੇ ਗੁਰੂ ਗ੍ਰੰਥ ਸਾਹਿਬ ਅਗਰ ਕੋਈ ਮੇਰੀ ਜਾਨ ਮੈਂ ਤੇਰੇ ਭੋਲੀ ਤਾਂ ਦੱਸਿਆ ਨਾ ਯਾਰ, ਅਗਰ ਤੁਸੀਂ ਸਮਝਦੇ ਹੋ ਕਿ ਗ੍ਰੰਥ ਸਾਹਿਬ ਇਹ ਨਹੀਂ ਹੈ, ਮਤਲਬ ਨੈਟ ਦੇ ਉੱਤੇ ਜਿਹੜੀ ਉਹ ਦਰੁਸਤ ਨਹੀਂ ਹੈ, ਤੇ ਉਹ ਹੁਣ ਦਰੁਸਤ ਕਿੱਥੋਂ ਲੱਭੇਗੀ ਉਹਦੇ ਨਾਲ ਲੋਕਾਂ ਨੂੰ ਦੱਸੋ। ਲੋਕਾਂ ਨੂੰ ਜਿਹੜੇ ਸਾਡੇ ਲੋਕ ਆ ਨੇ ਜੀ, ਉਹਨਾਂ ਨੂੰ ਪਤਾ ਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਆ, ਜਿਹਦਾ ਨਨਕਾਣਾ ਸਾਹਿਬ ਗੁਰਦੁਆਰਾ ਵਾ ਉੱਥੇ ਹੈਗੀ ਆ ਕਿਤਾਬ ਸਾਡੀ ਉਹ ਗੁਰੂ ਗ੍ਰੰਥ ਸਾਹਿਬ। ਤੁਹਾਡੇ ਕੋਲ ਆ ਨਾ ਗੱਲ ਸਮਝ ਆਈ, ਇਹ ਲਿਖਤ ਵਾ ਉਹ ਹੁਣ ਚੁੱਕੇ ਅਸੀਂ ਉਹਨੂੰ ਗੁਰੂ ਗ੍ਰੰਥ ਦਾ ਨਾਮ ਹੀ ਦਿਆਂਗੇ ਨਾ, ਇਸ ਵਾਸਤੇ ਤੁਹਾਨੂੰ ਸਮਝਣ ਵਿੱਚ ਜਿਹੜਾ ਨਾ ਉਹ ਲੱਗੀ ਹੈ ਉਹ ਲਿਖਤ ਹੀ ਆ। ਜਿਹੜੀ ਇਹ ਮੌਲਵੀ ਜੀ ਆਖਣ ਦਿਆ ਵੀ ਮੇਰੇ ਕੋਲ ਕਿਤਾਬ ਆ ਤੁਹਾਡੀ, ਇਹਨਾਂ ਨੂੰ ਚਲ ਗੁਰਦੁਆਰੇ ਤੋਂ ਲਿਆਂਦੀ ਹੋ ਕਿਸੇ ਤੋਂ? ਉਹ ਚਲੋ ਜਿੱਥੋਂ ਵੀ ਲਿਆਂਦੀ ਹੈ, ਤੁਹਾਨੂੰ ਇਹਦੇ ਨਾਲ ਕੀ ਮਸਲਾ ਹੈ? ਬਸ ਫਿਰ ਮੌਲਵੀ ਜੀ ਤੁਸੀਂ ਪਤਾ ਕੀ ਹੈ ਜੀ, ਇਵੇਂ ਨਾ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਮਾਰਨ ਜਾਂਦੇ ਝੂਠ, ਤੁਹਾਡੇ ਕੋਲ ਕਿਤਾਬ ਨਹੀਂ ਹੈਗੀ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਤਾਰੂਫ ਮੈਂ ਕਹਿੰਦਾ ਮੈਂ ਮਿਰਜ਼ੇ ਦੀਆਂ ਕਿਤਾਬਾਂ 'ਚ ਪੜਿਆ ਵੇ, ਹੱਦ ਹੋ ਗਈ ਹੈ ਯਾਰ, ਕੀ ਕਰਦੇ ਹੋ ਪਏ? ਸੁਣੋ ਸਹੀ, ਅਸੀਂ ਤੇ ਤੁਹਾਨੂੰ ਕੋਈ ਗਲਤ ਕਿਹਾ ਹੀ ਨੀ, ਮੈਂ ਸ਼ਾਹਿਦ ਭਾਈ ਗਲਤ ਕਿਹਾ ਇਹਨਾਂ ਨੂੰ? ਨਹੀਂ 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 ਗਿੱਲ ਸਾਹਿਬ ਗੱਲ ਪਤਾ ਕੀ ਹੈ? ਅੱਛਾ ਉੱਤੇ ਸਰਦਾਰ ਸਾਹਿਬ ਬੈਠੇ ਨੇ, ਚਲੋ ਯਾਰ ਇਹਨਾਂ ਨੂੰ ਪੁੱਛ ਲੈਣੇ ਸ਼ਾਇਦ ਭਾਈ। ਇੱਕ ਮਿੰਟ, ਇਹ ਗ੍ਰੰਥ ਸਾਹਿਬ 'ਚ ਲਿਖਿਆ ਵੇ ਕਿ ਇਹ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਖੁਦਾ ਸੀ ਉਹ ਇਨਸਾਨ ਦੀ ਜਾਇ ਨਫ਼ਰਤ ਹੈ ਉਹ ਜ਼ਕਰ ਹੈ। ਮੁਫਤੀ ਸਾਹਿਬ ਨਾ ਕਰੋ ਪਲੀਜ਼, ਮੁਫਤੀ ਸਾਹਿਬ ਯਾਰ ਸੱਤ ਵਚਨ 'ਚ ਲਿਖਿਆ ਯਾਰ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ। ਬਾਬਾ ਸਾਹਿਬ ਆਪਣੇ ਗ੍ਰੰਥ ਕੇ ਕਈ ਮਕਾਮ ਮੇ ਬਤਲਾ ਚੁਕੇ ਹੈ ਕਿ ਜੋ ਆਪ ਹੀ ਆਪ ਬਗੈਰ ਕਿਸੇ ਮੂਜਦ ਕੀ ਇਜਾਦ ਕੇ ਮੌਜੂਦ ਹੈ ਉਹ ਸਿਰਫ ਪਰਮੇਸ਼ਰ ਹੈ। ਅੱਛਾ ਗੱਲ ਸੁਣੋ ਮੁਫਤੀ ਸਾਹਿਬ, ਮੇਰੀ ਬਾਤ ਸੁਣੇ ਪਲੀਜ਼, ਯਹਾਂ ਪਰ ਇਨਕੋ ਥੋੜਾ ਸਾ ਬਤਾ ਦੇ, ਇਤਨਾ ਹੀ ਬਤਾ ਦੇਤੇ ਹੈਂ, ਇਤਨਾ ਕਾਫੀ ਹੈ ਕਿ ਜੋ ਆਜ ਮਰਜ਼ਈ ਆਪ ਲੋਗੋਂ ਕੇ ਸਾਥ ਖੜੇ ਹੈ ਨਾ, ਠੀਕ ਹੈ, ਵੋ ਖੁਦ ਮਿਰਜ਼ਾ ਕਾਦਿਆਨੀ ਜੋ ਥਾ ਉਸਨੇ ਬਾਬਾ ਗੁਰੂ ਨਾਨਕ ਸਾਹਿਬ ਕੀ ਬਹੁਤ ਜ਼ਿਆਦਾ ਗਾਲੀਆਂ ਦੀ, ਅੱਲਾ ਮਾਫ ਕਰੇ, ਠੀਕ ਹੈ ਠੀਕ ਹੈ, ਹਾਂ ਇਸ ਚੀਜ਼ ਦਾ ਖਿਆਲ ਕਰੇ। ਔਰ ਗਿੱਲ ਸਾਹਿਬ ਤੇ ਉੱਤੇ ਵੀ ਸਾਡੇ ਸਿੰਘ ਭਾਈ ਬੈਠੇ ਦੇ ਨੇ,
ਪਲੀਜ਼ ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਤੁਸੀਂ ਉਹ ਉੱਤੇ ਭਾਅ ਹੀ ਸਾਡੇ ਨਾਲ ਬੈਠੇ ਦੇ ਨੇ ਕਮ ਸੇ ਕਮ 2 ਦਿਨ ਤੋਂ ਬੈਠੇ ਦੇ ਨੇ, ਠੀਕ ਹੈ। ਇਸ ਬਰਾਡ ਚਲਾਉਣ ਦਾ ਮਕਸਦ ਸਿਰਫ ਤੇ ਸਿਰਫ ਇਹ ਵੇ ਕਿ ਜਿੰਨੀ ਵੀ ਬਰਾਡਾਂ ਦੇ ਉੱਤੇ ਇੱਕ ਦੂਜੇ ਦੇ ਮਜ਼ਹਬ ਦੀ ਗੁਸਤਾਹੀ ਹੋ ਰਹੀ ਹੈ, ਠੀਕ ਹੈ, ਇਹ ਮਜ਼ਹਬ ਦੀ ਗੁਸਤਾਹੀ ਕੋਈ ਵੀ ਮਜ਼ਹਬ ਨਹੀਂ ਇਜਾਜ਼ਤ ਦਿੰਦਾ। ਤੇ ਜਿਹੜੇ ਲੋਕੀ ਕਰਦੇ ਨੇ ਪੇ, ਇਹ ਕੌਣ ਨੇ, ਇਹਨਾਂ ਨੂੰ ਪੁੱਛਿਆ ਜਾਏ। ਮੁਸਲਮਾਨ ਮੈਂ ਗਿੱਲ ਸਾਹਿਬ ਤੇ ਉੱਤੇ ਵੀ ਭਾਰੀ ਬੈਠੇ ਦੇ ਨੇ ਸਿੰਘ ਸਾਹਿਬ, ਇਹਨਾਂ ਕੋਲੋਂ ਮੈਂ ਇੱਕ ਗੱਲ ਪੁੱਛਾਂਗਾ ਕਿ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ, ਠੀਕ ਹੈ, ਕਿਆ ਉਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਹੈ ਵੀ ਕੋਈ ਮਜ਼ਹਬ ਕਿਸੇ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਕਿਸੇ ਦੇ ਮਜ਼ਹਬ ਦੀ ਡਿਸਰਿਸਪੈਕਟ ਕਰੋ? ਨਹੀਂ ਜੀ, ਨਹੀਂ, ਬਿਲਕੁਲ ਨਹੀਂ ਦਿੰਦਾ ਜੀ, ਠੀਕ ਹੈ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਗਿੱਲ ਇੱਕ ਐਸ ਟੀ ਗਿੱਲ ਏ ਕਿ ਐਸ ਜੀ ਗਿੱਲ ਏ, ਉਹ ਪਿਛਲੇ ਪੂਰੇ ਮਹੀਨੇ ਤੋਂ ਆ ਕੇ ਤੇ ਗੁਸਤਾਹੀ ਕਰਦਾ ਪਿਆ। ਮੈਂ ਉਸ ਪਲੀਜ਼ ਮਿਊਟ ਲਗਾਉਣ ਲੱਗਾ ਕਿਉਂਕਿ ਤੁਹਾਡੀ ਵੋਇਸ ਡਬਲ ਆ ਰਹੀ ਮੈਨੂੰ। ਅੱਛਾ, ਕੋਈ ਵੀ ਮੈਨੂੰ ਇਹ ਦੱਸੋ ਕਿ ਪੂਰਾ ਮਹੀਨਾ ਹੋ ਗਿਆ ਇਸ ਨੂੰ, ਇਸ ਉਹ ਬੰਦਾ ਉੱਠਿਆ, ਉਹਦੇ ਕੋਲ ਕੋਈ 5-7 ਬੰਦੇ ਸਨ ਜਨਾਬ, ਉਹਨੇ ਮੁਸਲਮਾਨਾਂ ਤੇ ਬੁਗਜ਼ ਕੱਢਣੀ ਸ਼ੁਰੂ ਕਰ ਦਿੱਤੀ, ਠੀਕ ਹੈ। ਬੁਗਜ਼ ਕੱਢਣੀ ਇੱਥੋਂ ਤੱਕ ਸ਼ੁਰੂ ਕੀਤੀ ਜਦੋਂ ਉਹਨੇ ਕੋਈ ਨਹੀਂ ਨਾ ਬੰਦਾ ਉਹਨੂੰ ਦੇਖਣਾ ਸ਼ੁਰੂ ਹੋਇਆ, ਠੀਕ ਹੈ। ਫਿਰ ਇੱਕ ਕਾਦਿਆਨੀ ਇਸ ਉਹਨਾਂ ਦੀਆਂ ਬਰਾਡਾਂ ਤੇ ਗਏ, ਉਹ ਕਾਦਿਆਨੀ ਜਿਹੜੇ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਡਿਸਰਿਸਪੈਕਟ, ਅੱਜ ਉਹ ਬੜੇ ਉਹਨਕੀ ਕਹਿੰਦੇ ਨੇ ਜਨਾਬ ਤੁਹਾਡੇ ਨਾਲ ਮਿਲਦੇ ਨੇ ਪੇ, ਠੀਕ ਹੈ, ਉਹੀ ਕਾਦਿਆਨੀ ਮੈਂ ਹੁਣ ਤੁਹਾਨੂੰ ਲਾਈਵ ਦਿਖਾ ਸਕਦਾ ਵਾਂ, ਠੀਕ ਹੈ, ਲਾਈਵ ਦਿਖਾ ਸਕਦਾ ਹੁਣ ਦੀਆਂ ਲਾਈਵਾਂ, ਲਾਈਵ ਨਾਓ, ਰਾਈਟ, ਲਾਈਵ ਨਾਓ। ਉੱਥੇ ਕੁਛ ਸਿੰਘ ਭਰਾ ਬਹਿ ਕੇ ਤੇ ਜਨਾਬ ਮੁਸਲਮਾਨਾਂ ਨੂੰ ਬੁਰਾ ਭਲਾ ਕਹਿ ਰਹੇ ਨੇ, ਤੇ ਕਿਆ ਅਸੀਂ ਸਾਡੀ ਸਾਰੀ, ਮੈਂ ਆਪਣੇ ਵੀ ਪੰਜਾਬੀ, ਜਦੋਂ ਮੈਂ ਪੰਜਾਬੀ ਕਹਿੰਦਾ ਨਾ ਉਦੋਂ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਕਿਆ ਅਸੀਂ ਆਪਣੇ ਦੇ ਵਿੱਚੋਂ ਗੰਦੀਆਂ ਮੱਛੀਆਂ ਕੱਢ ਕੇ ਤੇ ਇਹਨਾਂ ਨੂੰ ਛਿੱਤਰ ਮਾਰ ਕੇ ਨਹੀਂ ਦੂਰ ਕਰ ਸਕਦੇ? ਕਿ ਬਗੈਰ ਤੋਂ ਕਿੱਡੀ ਤੁਹਾਡੀ ਗੈਰਤ ਏ, ਐਡੀ ਤੁਹਾਡੀ ਗੈਰਤ ਏ ਕਿ ਤੁਸੀਂ ਜਨਾਬ ਆਪਣੇ ਬਾਬੇ ਗੁਰੂ ਨਾਨਕ ਸਾਹਿਬ ਦੀਆਂ ਡਿਸਰਿਸਪੈਕਟਾਂ ਕਰਵਾਈਆਂ, ਸਾਡੇ ਕੁਰਾਨ ਪਾਕ ਦੀਆਂ ਡਿਸਰਿਸਪੈਕਟਾਂ ਕਰਵਾਈਆਂ, ਕਿਸ ਖਾਤੇ? ਕੱਲ ਦੇ ਇਹ ਭਾਅ ਹੀ ਮੇਰੇ ਨਾਲ ਬੈਠੇ ਦੇ ਨੇ, ਉਹ ਜਿਹੜੀ ਜੱਫੀ ਦੀ ਪਿਕਚਰ ਸੀ, ਇੰਨੀਆਂ ਅੱਛੀਆਂ ਅੱਛੀਆਂ ਗੱਲਾਂ ਕੀਤੀਆਂ ਅਸਾਂ, ਅੱਜ ਜਿਹੜੀਆਂ ਬਰਾਡਾਂ ਚੱਲਦੀਆਂ ਨੇ ਪਈਆਂ ਉਹ ਸਿਰਫ ਤੇ ਸਿਰਫ ਮੇਰੀ ਨਜ਼ਰ 'ਚ ਇਹੀ ਨਜ਼ਰ ਆਇਆ ਵੇ, RSS ਇਨਵੋਲਵ ਹੈ ਇਹਨਾਂ ਚੀਜ਼ਾਂ 'ਚ, ਰੋ ਇਨਵੋਲਵ ਹੈ ਇਹਨਾਂ ਚੀਜ਼ਾਂ 'ਚ, ਏਜੰਸੀਆਂ ਇਨਵੋਲਵ ਨੇ ਇਹਨਾਂ ਚੀਜ਼ਾਂ 'ਚ, ਸਿਰਫ ਤੇ ਸਿਰਫ ਪੰਜਾਬੀਆਂ 'ਚ ਨਫ਼ਰਤ ਫੈਲਾਉਣ ਅਤੇ ਕੋਈ ਇਹੋ ਜਿਹਾ ਹੈਪਨ ਹੋਏ ਤਾਂ ਕਿ ਅਗਲੇ ਜਿਹੜੇ ਜੂਨ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਜਨਾਬ ਉਹੀ ਮੋਦੀ ਤੁਹਾਡੇ ਸਿਰ ਦੇ ਉੱਤੇ ਬਿਠਾ ਦਿੱਤਾ ਜਾਏ ਅਤੇ ਫਿਰ ਤੁਹਾਡੀ ਜ਼ਿੰਦਗੀ ਅਜ਼ਾਬ ਕੀਤੀ ਜਾਏ। ਹੁਣ ਤੁਸੀਂ ਮੈਨੂੰ ਦੱਸੋ ਪੰਜਾਬੀ ਹੋ ਕਿ ਨੁਕਸਾਨ ਕਿਹਦਾ ਵੇ, ਸਾਡਾ ਨੁਕਸਾਨ ਹੈ? ਜੀ ਜੀ ਬਿਲਕੁਲ ਬਿਲਕੁਲ ਆਪਣਾ। ਦੱਸੋ ਨਾ ਮੈਨੂੰ ਫਿਰ ਇਸ ਚੀਜ਼ ਦਾ ਜਵਾਬ ਕਿ ਅਸੀਂ ਐਸੇ ਪੰਜਾਬੀ, ਅੱਲਾਹ ਤਾਲਾ ਨੇ ਪੰਜਾਬੀਆਂ ਨੂੰ ਇੰਨੀ ਕੁ ਹਿੰਮਤ ਦਿੱਤੀ ਦੀ ਹੈ ਨਾ ਕਿ ਅਸੀਂ ਹਰ ਨਾਮੁਮਕਿਨ ਕੰਮ ਕਰ ਸਕਦੇ ਹਾਂ, ਲੇਕਿਨ ਇੱਕ ਚੀਜ਼ ਦੀ ਅੱਲਾਹ ਤਾਲਾ ਨੇ ਸਾਨੂੰ ਕਮੀ ਦਿੱਤੀ ਹੈ, ਅਕਲ ਦਿਮਾਗ 'ਚ ਨਹੀਂ, ਸਾਡੇ ਗਿੱਟਿਆਂ ਦੇ ਵਿੱਚ। ਅਸੀਂ ਬੰਦਾ ਮਾਰ ਕੇ ਬਾਅਦ 'ਚ ਸੋਚਦੇ ਹਾਂ ਕਿ ਭੈਣ ਨੂੰ ਖੜਿਆ ਤੇਰਾ ਕਸੂਰ ਕੀ ਸੀ। ਇਹੋ ਹੀ ਅੱਜ ਕੱਲ੍ਹ ਉਹ ਟਿਕਟੋਕ ਦੇ ਉੱਤੇ ਅਸੀਂ ਪੇ ਕਰਨੇ ਆ। ਸਹੀ ਗੱਲ ਆ ਜੀ, ਗੱਲ ਪੁੱਛੀ ਨਹੀਂ ਏ, ਹੋਇਆ ਕੀ ਏ, ਇੱਕ ਦੂਜੇ ਦਾ ਮਤਲਬ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਵੇ। ਬਿਲਕੁਲ ਸ਼ਾਇਦ ਭਾਈ ਜੀ, ਬਿਲਕੁਲ ਯਾਰ, ਹੱਦ ਹੁੰਦੀ ਏ ਇੱਕ ਇਨਸਾਨੀਅਤ ਦੀ ਵੀ
ਗਿੱਲ ਸਾਹਿਬ ਤੁਸੀਂ ਆਏ ਹੋ, ਅਸੀਂ ਮੈਂ ਦਿਲੋਂ ਰਿਸਪੈਕਟ ਕਰਨਾ ਤੁਹਾਡੀ, ਮੈਂ ਬਾਬਾ ਗੁਰੂ ਨਾਨਕ ਸਾਹਿਬ ਨੂੰ ਅੱਲਾ ਦਾ ਇੱਕ ਨੇਕ ਬੰਦਾ ਸਮਝਣਾ ਵਾ, ਬਾਕੀ ਉਹਨੇ ਆਪਣਾ ਮਜ਼ਹਬ ਬਣਾਇਆ, ਤੁਸੀਂ ਜਾਣੋ ਤੇ ਰੱਬ ਜਾਣੇ, ਠੀਕ ਹੈ। ਮੇਰਾ ਕੋਈ ਹੱਕ ਨਹੀਂ ਬਣਦਾ ਕਿ ਮੈਂ ਕਿਸੇ ਦੇ ਮਜ਼ਹਬ ਦੇ ਵਿੱਚ ਇੰਟਰਫੇਅਰ ਕਰਾਂ। ਹੁਣ ਤੁਸੀਂ ਮੈਨੂੰ ਦੱਸੋ, ਕਾਦੀਆਨੀ ਬਗੈਰਤ ਜਿਹੜੇ ਕਿ ਇਸ ਚੀਜ਼ ਨੂੰ ਹਵਾ ਦੇ ਰਹੇ ਨੇ, ਕਿਉਂ ਨਾ ਮੈਂ ਉਹਨਾਂ ਦਾ ਜ਼ਿਕਰ ਕਰਾਂ? ਹੁਣ ਜਾ ਕੇ ਤੁਸੀਂ ਦੇਖ ਲਓ, 13 ਲਾਈਵਾਂ ਉਹਨਾਂ ਦੀਆਂ ਲੱਗੀ ਦੀਆਂ ਤੇ ਉੱਥੇ ਸਿੱਖ ਬਹਿ ਕੇ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰਦੇ ਨੇ। ਕਿਆ ਤੁਸੀਂ ਉਹਨਾਂ ਨੂੰ ਸਿੱਖ ਕਹਿ ਸਕਦੇ ਹੋ? ਕਿਆ ਤੁਸੀਂ ਗਿੱਲ ਸਾਹਿਬ ਤੁਸੀਂ ਦੱਸੋ ਜੇ ਮੁਸਲਮਾਨ ਐਡੇ ਹੀ ਬੁਰੇ ਹੁੰਦੇ ਤੇ ਕਿਆ ਅੱਜ ਉੱਥੇ ਬਾਬਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਉੱਥੇ ਰਹਿੰਦਾ? ਅਸੀਂ ਤੇ ਉਹਨਾਂ ਦੀ ਇੱਕ ਇੱਟ ਚੇਂਜ ਨਹੀਂ ਕੀਤੀ। ਪੂਰੀ ਦੁਨੀਆ ਤੋਂ ਸਭ ਤੋਂ ਵੱਡਾ ਗੁਰਦੁਆਰਾ ਅਸੀਂ ਤੁਹਾਨੂੰ ਬਣਾ ਕੇ ਦਿੱਤਾ, ਕਰਤਾਰਪੁਰ ਸਿੰਘ। ਮੇਰੀ ਇੱਕ ਬੇਨਤੀ ਸੁਣੋ ਜੀ, ਰਿਕੁਐਸਟ ਆ ਮੇਰੀ ਕਿ ਸਾਡਾ ਜਿਹੜਾ ਇਤਿਹਾਸ ਹੈ ਨਾ ਸਿੱਖ ਧਰਮ, ਇਹ ਬੜਾ ਵਿਸ਼ਾਲ ਹੈ, ਠੀਕ ਹੈ ਜੀ। ਔਰੰਗਜ਼ੇਬ ਨੇ ਸਾਡੇ ਸਿੱਖਾਂ 'ਤੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਕਿੰਨੇ ਜ਼ੁਲਮ ਕੀਤੇ, ਨਿੱਕੇ ਨਿੱਕੇ ਬੱਚੇ ਜਿਹੜੇ ਨੀਹਾਂ 'ਚ ਚਿਣਵਾ 'ਤੇ, ਉਹ ਵੀ ਮੁਸਲਮਾਨ ਸੀ। ਮੇਰੀ ਗੱਲ ਸੁਣਿਆ ਇੱਕ ਮਿੰਟ ਭਾਈ ਸਾਹਿਬ, ਧਿਆਨ ਨਾਲ, ਉਹ ਵੀ ਮੁਸਲਮਾਨ ਸੀ ਔਰੰਗਜ਼ੇਬ, ਸਹੀ ਹੈ ਜੀ। ਦੂਸਰੇ ਪਾਸੇ ਜੇ ਵੇਖੀਏ, ਮੁਸਲਮਾਨ ਧਰਮ ਨਹੀਂ ਮਾੜਾ। ਜੇ ਮੁਸਲਮਾਨ ਧਰਮ ਮਾੜਾ ਹੁੰਦਾ ਨਾ ਤਾਂ ਗੁਰੂ ਅਰਜਨ ਦੇਵ ਜੀ ਸਾਡੇ ਪੰਜਵੀਂ ਪਾਤਸ਼ਾਹੀ ਸਾਈਂ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਨਾ ਰਖਾਉਂਦੇ। ਜੇ ਮੁਸਲਮਾਨ ਧਰਮ ਮਾੜਾ ਹੁੰਦਾ, ਮੁਸਲਮਾਨ ਧਰਮ ਨਹੀਂ ਮਾੜਾ, ਮੁਸਲਮਾਨ ਧਰਮ ਦੇ ਵਿੱਚ ਕਈ ਗੰਦੇ ਆਂਡੇ ਨੇ, ਸਿੱਖਾਂ ਦੇ ਵਿੱਚ ਵੀ ਕਈ ਇਹੋ ਜਿਹੀ ਗੰਦ ਹੈਗਾ ਵਾ, ਸਹੀ ਹੈ। ਤੇ ਬਾਕੀ ਇਹ ਗੰਦ ਸਾਫ ਕਰਨਾ ਰਲ ਮਿਲ ਕੇ ਹੋਣਾ ਹੈ ਗੰਦ। ਹੁਣ ਸ਼ਾਇਦ ਭਾਈ ਤੁਹਾਡੀ ਗੱਲ ਠੀਕ ਹੈ, ਸਾਨੂੰ ਤੇ ਇਹ ਨਹੀਂ ਪਤਾ ਵੀ ਕਾਦੀਆਨੀ ਕੌਣ ਆ। ਆ ਖਵਾਜਾ ਭਾਈ ਸੁਣੋ, ਮਾਲਵੀ ਜੀ ਇੱਕ ਮਿੰਟ ਰੁਕੋ ਯਾਰ, ਇੱਕ ਮਿੰਟ। ਇਹ ਗਲਤ ਗੱਲ ਥੋੜੀ ਜਿਹੀ ਕੀਤੀ ਸੀ ਇਹਨਾਂ ਨੇ ਤੇ ਮੈਂ ਉਹਦਾ ਜਵਾਬ ਤੇ ਦੇ ਦਿਆਂ, ਇੰਜ ਤੇ ਨਾ ਕਰੋ। ਕਿੰਨੇ ਜੀ ਕਿਹੜੇ ਮੁਸਲਮਾਨਾਂ ਨੇ ਇਹ ਚਲਵਾ ਦਿੱਤੇ ਸਨ ਸਿੱਖ? ਔਰੰਗਜ਼ੇਬ ਨੇ ਜੀ, ਔਰੰਗਜ਼ੇਬ, ਜਹਾਂਗੀਰ ਔਰੰਗਜ਼ੇਬ ਨੇ, ਇੰਜੀ ਹੈ ਜੀ ਜੀ ਬਿਲ ਹਾਂ ਜੀ ਹਾਂ। ਅੱਛਾ, ਤੇ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਤੁਹਾਡੇ ਗੁਰੂ ਸਨ, ਪੰਜਵੇਂ ਗੁਰੂ, ਇਹ ਗੁਰੂ ਅਰਜਨ ਦਿਓ ਸਾਹਿਬ, ਉਹਨਾਂ ਨੇ ਇਹ ਜਹਾਂਗੀਰ ਦੇ ਬੇਟੇ ਦੇ ਨਾਲ ਇਹ ਮੁਰਾਸਮਤ ਤੈਅ ਕਰ ਲਏ ਸਨ। ਹੁਣ ਉਹਦਾ ਜਿਹੜਾ ਬੇਟਾ ਸੀ, ਇਹ ਸ਼ਹਿਨਸ਼ਾਹ ਅਕਬਰ ਜਿਹਨੂੰ ਕਹਿੰਦੇ ਸਨ, ਉਹਨੇ ਗੱਦਾਰੀ ਕੀਤੀ ਸੀ ਇਹ ਜਹਾਂਗੀਰ ਦੇ ਨਾਲ। ਇੰਜੀ ਹੈ ਨਾ, ਕੋਈ ਪਤਾ ਜੇ ਕਿ ਨਹੀਂ? ਮੈਂ ਮੁਫਤੀ ਸਾਹਿਬ ਗੱਲ ਪਤਾ ਕੀ ਹੈ, ਦੇਖੋ ਮੇਰੀ ਗੱਲ ਸੁਣੋ, ਦੇਖੋ ਮਤਲਬ ਇਹ ਵੇ ਕੇ ਤੁਹਾਨੂੰ ਇਹ ਪਤਾ ਵੇ ਕਿ ਉਹਨੇ ਚਨਵਾ ਦਿੱਤੇ ਸਨ, ਇਹ ਨਹੀਂ ਪਤਾ ਕਿ ਉਹਨੇ ਕੀ ਕੀਤਾ ਸੀ। ਇੰਜ ਨਾ ਨਾ ਕਰੋ ਤੁਸੀਂ, ਗਲਤ ਬਿਆਨੀ ਤੇ ਨਾ ਕਰੋ, ਫਿਰ ਖਵਾਜਾ ਬਾਈ ਸ਼ਾਹਿਦ ਬਾਈ ਜੀ, ਇਹ ਕਾਦੀਆਨੀ ਆ, ਇਹ ਮੁਸਲਮਾਨ ਨੇ, ਅਲੀ ਇੰਗਲੈਂਡ ਕਹਿੰਦੇ ਜੇ। ਮਾਲਵੀ ਜੀ ਸੁਣ ਤੇ ਲਓ,
ਜਵਾਬ ਦੇਣਾ ਖਾਜਾ ਸਾਹਿਬ ਨੂੰ ਬਹਿਣ ਦਿਓ ਤੇ ਗੱਲ ਸਾਡੀ ਜਿਹੜੀ ਹੋ ਰਹੀ ਸੀ ਨਾ ਪਹਿਲੇ ਉਦੋਂ ਉਹ ਮੁੱਦਾ ਖਤਮ ਕਰ ਲਈਏ ਫਿਰ ਅੱਗੇ ਕਿੱਡੀ ਸੋਹਣੀ ਗੱਲ ਕੀਤੀ ਅੱਛਾ ਸਰਦਾਰ ਜੀ ਇੱਕ ਮੇਰੀ ਗੱਲ ਸ਼ਹਿ ਸਾਹਿਬ ਨੇ ਗੱਲ ਕੀਤੀ ਹੈ ਸ਼ਹਿ ਸਾਹਿਬ ਨੇ ਬੜੀ ਖੂਬਸੂਰਤ ਗੱਲ ਕੀਤੀ ਹੈ ਉਸ ਗੱਲ 'ਤੇ ਧਿਆਨ ਦਿਓ ਸਾਰੇ ਰਲ ਕੇ ਔਰ ਜਿਹੜੀ ਗੱਲ ਤੁਸੀਂ ਹੈ ਪਿੱਛੋਂ ਪੱਟ ਪੱਟ ਜਿਹੜੀਆਂ ਨੇ ਨਾ ਪਿਛਲੇ ਮੁੱਦੇ ਅੱਗੇ ਲਿਆ ਕੇ ਰੱਖਣੇ ਸ਼ੁਰੂ ਕਰੋਗੇ ਤਾਂ ਫਿਰ ਜ਼ੀਰੋ ਤੋਂ ਗੱਲ ਸ਼ੁਰੂ ਹੋ ਜਾਏਗੀ ਕਾਦੀਆਂ ਨੀ ਮਾੜਾ ਦੇ ਮੁਸਲਮਾਨ ਕਿਹੜਾ ਚੰਗਾ ਵਾ ਚੰਗੇ ਭਲੇ ਮੁਸਲਮਾਨ ਨੂੰ ਕਾਦੀਆਂ ਬਰਾਡ ਦੇ ਉੱਤੇ ਨਾ ਡਿਫਰੈਂਟ ਬਰਾਡਾਂ ਤੇ ਉੱਤੇ ਇੱਕ ਸ਼ੈਤਾਨੀ ਕੀਤੀ ਜਾ ਰਹੀ ਅੱਜ ਕਿ ਤੁਹਾਨੂੰ ਜਾਣ ਬੁੱਝ ਕੇ ਮੁਫਤੀ ਮੁਬਸ਼ਰ ਸੈਯਦ ਸਾਦਾਤ ਸਾਹਿਬ ਨੂੰ ਸ਼ਾਹਿਦ ਸਾਹਿਬ ਨੂੰ ਨਾ ਗੁਸਤਾਖ ਬਣਾਇਆ ਜਾ ਰਿਹਾ ਕਿ ਜੀ ਇਹਨਾਂ ਨੇ ਗੁਸਤਾਹੀ ਕੀਤੀ ਹੈ ਔਰ ਜਿਹੜੀ ਕਿਤਾਬ ਹੈ ਇਹਨਾਂ ਦੀ ਗੁਰੂ ਸਾਹਿਬ ਦੀ ਅਤੇ ਇਸ ਚੀਜ਼ ਨੂੰ ਮੈਂ ਕਲੈਰੀਫਾਈ ਕਰਨ ਵਾਸਤੇ ਆਇਆ ਕਿ ਜਾਣ ਬੁੱਝ ਕੇ ਇੱਕ ਮੁੱਦਾ ਕ੍ਰੀਏਟ ਕੀਤਾ ਜਾ ਰਿਹਾ ਸੈਯਦ ਬਾਦਸ਼ਾਹ ਨੇ ਕੋਈ ਗੁਸਤਾਹੀ ਨਹੀਂ ਕੀਤੀ ਹੈ ਅਸੀਂ ਉਸੇ ਤਰੀਕੇ ਨਾਲ ਇੱਜ਼ਤ ਦਿੰਦੇ ਹਾਂ ਤੁਹਾਡੀ ਗੁਰੂ ਦੀ ਕਿਤਾਬ ਨੂੰ ਜਿਸ ਤਰ੍ਹਾਂ ਅਸੀਂ ਇੱਜ਼ਤ ਰਿਸਪੈਕਟ ਦਿੰਦੇ ਹਾਂ ਅਸੀਂ ਆਪਣੇ ਕੁਰਾਨੇ ਪਾਕ ਨੂੰ ਦੇਖੋ ਉਹਨਾਂ ਨੇ ਸ਼ੈਲਫ 'ਤੇ ਰੱਖਿਆ ਹੋਇਆ ਅਸੀਂ ਕੁਰਾਨੇ ਪਾਕ ਨੂੰ ਵੀ ਸ਼ੈਲਫ 'ਤੇ ਰੱਖਦੇ ਹਾਂ ਉੱਤੇ ਰੱਖਣੇ ਇੱਕ ਉੱਚੀ ਜਗ੍ਹਾ ਦੇ ਉੱਤੇ ਇਸ ਵਾਸਤੇ ਤੁਹਾਡੇ ਗੁਰੂਆਂ ਦੀ ਕਿਤਾਬ ਨੂੰ ਵੀ ਅਸੀਂ ਉੱਚੀ ਜਗ੍ਹਾ 'ਤੇ ਰੱਖਿਆ ਹੋਇਆ ਤੁਹਾਡੀ ਡਿਸਰਿਸਪੈਕਟ ਨਹੀਂ ਕਰ ਰਹੇ ਪਲੀਜ਼ ਇਸ ਚੀਜ਼ ਨੂੰ ਕਲੀਅਰ ਕੀਤਾ ਜਾਏ ਅਤੇ ਜਿਤਨੀਆਂ ਬਰਾਡਾਂ ਜਿਹੜੀਆਂ ਚੱਲ ਰਹੀਆਂ ਨੇ ਸੈਯਦ ਬਾਦਸ਼ਾਹ ਅਤੇ ਮੁਫਤੀ ਮੁਬਸ਼ਰ ਸਾਹਿਬ ਦੇ ਖਿਲਾਫ਼ ਜਾਂ ਇਹਨਾਂ ਦੇ ਖਿਲਾਫ਼ ਤਾਂ ਪਲੀਜ਼ ਇਸ ਚੀਜ਼ ਨੂੰ ਰੋਕੋ ਜਿਤਨੀ ਵੀ ਸਰਦਾਰ ਸਮਝੇ ਕਰ ਰਹੇ ਹਾਂ ਸਭ ਦੀ ਜਿਹੜਾ ਉਹਦੇ ਬਾਰੇ ਨਾ ਗੱਲ ਮੁਕੰਮਲ ਹੋਈ ਹੈ ਸੁਣ ਲੈਣਾ ਲਿਖਤ ਜਿਸ ਤਰ੍ਹਾਂ ਤਫਸੀਰ ਨਹੀਂ ਲਿਖੀ ਦੂਸਰੀ ਗੱਲ ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕਰਨਾ ਚਾਹ ਰਿਹਾ ਜਿਤਨੇ ਵੀ ਸਰਦਾਰ ਇੱਥੇ ਬੈਠੇ ਹੋਏ ਦੇਖੋ ਜਿਤਨੇ ਵੀ ਇਹ ਕਾਦੀਆਨੀ ਨੇ ਨਾ ਅਗਰ ਤੁਹਾਨੂੰ ਪਤਾ ਨਹੀਂ ਚੱਲਦਾ ਨਾ ਕਿ ਕਾਦੀਆਨੀ ਕੌਣ ਹੈ ਤੇ ਮੁਸਲਮਾਨ ਕੌਣ ਹੈ ਇਹ ਮੁਫਤੀ ਮੁਬਸ਼ਰ ਸਾਹਿਬ ਦੀ ਬਰਾੜ ਤੇ ਆਇਆ ਕਰੋ ਸ਼ਾਹਿਦ ਸਾਹਿਬ ਦੀ ਬਰਾੜ ਤੇ ਆਓ ਇਹ ਤੁਹਾਨੂੰ ਆਈਡੈਂਟੀਫਾਈ ਕਰਨਗੇ ਕਿ ਕਿਹੜੀ ਕਿਹੜੀ ਆਈਡੀਆਂ ਕਾਦੀਆਨੀਆਂ ਦੀਆਂ ਨੇ ਤੇ ਕਿਹੜੇ ਮੁਸਲਮਾਨ ਨੇ ਅਗਰ ਤੁਹਾਨੂੰ ਕੋਈ ਗਲਤ ਫਹਿਮੀ ਲੱਗਦੀ ਹੈ ਕਿਉਂਕਿ ਵਿੱਚ ਬਹੁਤ ਸਾਰੀ ਐਸੀ ਆਈਡੀਆਂ ਚੱਲ ਰਹੀਆਂ ਨੇ ਕਾਦੀਆਨੀਆਂ ਦੀਆਂ ਅਤੇ ਜਿਹੜੀਆਂ ਸ਼ੈਤਾਨੀਆਂ ਪੈਦਾ ਕਰ ਰਹੀਆਂ ਨੇ ਇਹ ਅੰਡਰਸਟੈਂਡ ਕਰੋ ਤੁਸੀਂ ਇਸ ਚੀਜ਼ ਨੂੰ ਅਤੇ ਤੁਹਾਡਾ ਜਿਹੜਾ ਸਭ ਤੋਂ ਜਿਹੜਾ ਤੀਜਾ ਨੰਬਰ 'ਤੇ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਸਿੰਘ ਗਿੱਲ ਜਿਹੜਾ ਗਰੂਮਿੰਗ ਦੇ ਨਾਂ 'ਤੇ ਇਹ ਨਫ਼ਰਤਾਂ ਫੈਲਾ ਰਿਹਾ ਮੁਸਲਮਾਨਾਂ ਦੇ ਅੰਦਰ ਇੱਕ ਗਲਤ ਫਹਿਮੀ ਫੈਲਾ ਰਹੇ ਆ ਸਾਰੇ ਵਕਤ ਵਕਤ ਸਭ ਦੇ ਅੰਦਰ ਉਹ ਚੀਜ਼ ਮੈਂ ਤੁਹਾਨੂੰ ਇੱਥੇ ਮੈਂ ਦਿਖਾ ਦਿੰਦਾ ਮੈਂ ਕੱਲ੍ਹ ਵੀ ਦਿਖਾਈ ਸੀ ਸਹੀ ਸ਼ਾਇਦ ਬਾਈ ਥੋੜ੍ਹੀ ਜਿਹੀ ਮੇਰੀ ਸਕਰੀਨ ਵੱਡੀ ਕਰਨਾ ਮੈਂ ਥੋੜ੍ਹਾ ਜਿਹਾ ਪਿਕਚਰ ਇਹਨਾਂ ਨੂੰ ਦਿਖਾਉਣਾ ਚਾਹ ਰਿਹਾ ਪਾਚਾ ਬਾਈ ਆਪਣੀ ਗੱਲ ਜਾਰੀ ਰੱਖਿਆ ਜੇ ਮੈਂ ਥੋੜ੍ਹੀ ਜਿਹੀ ਗੱਲ ਦਾ ਐਡ ਕਰਾਂਗਾ ਇਹ ਜਿਹੜੇ ਅਸਲ 'ਚ ਕੋਈ ਇੱਕ ਅੱਜ ਤੱਕ ਤੁਸੀਂ ਕੋਈ ਕਾਦੀਆਨੀ ਨਹੀਂ ਅਜੇ ਗੁਰੂ ਸੋਰੀ ਹਜੇ ਤੱਕ ਕੋਈ ਸਿੱਖ ਨਹੀਂ ਹਜੇ ਤੱਕ ਤੁਸੀਂ ਵੇਖਿਆ ਹੋਏਗਾ ਜਿੰਨੇ ਮਿਰਜ਼ੇ ਕਾਦੀਆਨੀ ਨੂੰ ਕਿਹਾ ਹੋਵੇ ਕਿ ਇਹਨੇ ਇਹ ਜਿਹੜੀ ਬਗੈਰਤੀ ਕੀਤੀ ਹੈ ਸੱਤ ਬੱਚਨ ਦੇ ਵਿੱਚ ਸੁਰਮਾ ਚਸ਼ਮਾ ਆਰੀਆ ਕਿਤਾਬ ਦੇ ਵਿੱਚ ਇੱਕ ਵੀ ਸਿੱਖ ਹਜੇ ਤੱਕ ਮੈਨੂੰ ਨਹੀਂ ਜੇ ਮਿਲਿਆ
ਇਹ ਹੁਣ ਹੋ ਐ ਰਿਹਾ ਵੇ ਕਿ ਕਾਦੀਆਨੀ ਸਿੱਖ ਬਣ ਬਣ ਕੇ ਆ ਰਹੇ ਨੇ। ਹੈ ਉਹ ਕਾਦੀਆਨੀ ਨੇ ਪਿੱਛੇ ਪਰਦਾ, ਲੇਕਿਨ ਉਹ ਸਿੱਖ ਬਣ ਕੇ ਆ ਰਹੇ ਨੇ। ਹਾਂਜੀ, ਤੇ ਉਹ ਕਿੰਝ ਕਰ ਸਕਦੇ ਨੇ ਆਪਣੇ ਮਿਰਜ਼ੇ ਕਾਦੀਆਨੀ ਦੀ ਇਹ ਬਾਰੇ ਕੋਈ ਗੱਲ, ਇਹ ਡਰਾਮਾ ਹੋ ਰਿਹਾ ਜੀ। ਜੀ ਜਿਤਨੇ ਵੀ ਇੱਥੇ ਸਰਦਾਰ ਜਿਹੜੇ ਸਿੱਖ ਬੈਠੇ ਹੋਏ ਨੇ, ਮੈਂ ਉਹਨਾਂ ਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ, ਮੈਂ ਸ਼ਾਇਦ ਮੈਂ ਮਿਊਟ ਲਾਉਣਾ ਸ਼ੋਰ ਆਉਂਦਾ ਪਿਆ ਥੋੜ੍ਹਾ ਜਿਹਾ। ਮੈਂ ਜਿਤਨੇ ਵੀ ਦੇਖੋ, ਜਿਹੜਾ ਸਿੰਘ ਗਿੱਲ ਜਿਹੜਾ ਇਨਸਾਨ ਹੈ ਨਾ, ਸਿੰਘ ਗਿੱਲ ਜਿਹੜਾ ਨਾ, ਉਹ ਸ਼ੈਤਾਨੀਆਂ ਕਰਦਾ ਪਿਆ, ਨਫ਼ਰਤਾਂ ਫੈਲਾਉਂਦਾ ਪਿਆ ਸਰਦਾਰਾਂ ਭਰਾਵਾਂ ਦੇ ਅੰਦਰ, ਸਾਡੇ ਅੰਦਰ ਆਪਸ 'ਚ ਲੜਾਉਂਦਾ ਪਿਆ, ਇੱਕ ਗਲਤ ਇਨਫੋਰਮੇਸ਼ਨ ਬਾਰ ਬਾਰ ਲੀਕ ਕਰ ਰਿਹਾ। ਉਹ ਕੀ ਲੀਕ ਕਰ ਰਿਹਾ ਮੈਂ ਤੁਹਾਨੂੰ ਇਹ ਦਿਖਾ ਦੇਣਾ, ਚੈੱਕ ਕਰੋ। ਇਹ ਵਾਲੀ ਪੋਸਟ ਜਿਹੜੀ ਹੈ ਸਿੰਘ ਗਿੱਲ ਦਿਖਾ ਰਹੇ, ਉਹਦੀ ਟੀਮ ਦਿਖਾ ਰਹੀ ਹੈ, ਇਹ ਕਹਿ ਕੇ ਕਿ 2 ਦਿਨ ਪੁਰਾਣਾ ਵਾਕਿਆ ਹੈ ਜਿਹਦੇ ਅੰਦਰ ਇਹ 5 ਸਾਲ ਦੀ ਬੱਚੀ ਦੇ ਅੰਦਰ ਪਾਕਿਸਤਾਨ 'ਚ ਵਿਆਹ ਕੀਤਾ ਗਿਆ। ਹਾਲਾਂਕਿ ਇਹ ਬਿਲਕੁਲ 2 ਦਿਨ ਪੁਰਾਣਾ ਵਾਕਿਆ ਨਹੀਂ ਹੈ, ਇਹ ਗਲਤ ਬਿਆਨੀ ਕੀਤੀ ਜਾ ਰਹੀ ਹੈ। ਇਹ ਟਵਿੱਟਰ ਦੇ ਤੁਸੀਂ ਅਕਾਊਂਟ 'ਤੇ ਜਾ ਕੇ ਇਹ ਚੈੱਕ ਕਰ ਸਕਦੇ ਹੋ, ਇਹ ਪੋਸਟ ਹਲੇ ਵੀ ਉੱਥੇ ਮੌਜੂਦ ਹੈ ਜਿਹੜੇ ਜਮਾਲ ਅਹਿਮਦ ਸਾਹਿਬ ਦੀ। ਇਹ 2019 ਦਾ ਪੁਰਾਣਾ ਵਾਕਿਆ ਹੈ, ਇਸ ਕੁੜੀ ਨੂੰ ਇਨਸਾਫ ਲੱਭ ਚੁੱਕਿਆ ਹੋਇਆ। ਇਹ ਜਿਹੜਾ ਭਾਈ ਜੀ ਨੇ ਜ਼ਿਆਦਤੀ ਕੀਤੀ ਸੀ ਉਹ ਇਸ ਵੇਲੇ ਜੇਲ੍ਹ ਦੇ ਅੰਦਰ ਹੈ, ਉਹ ਵੀ ਫੜਿਆ ਗਿਆ ਹੈ। ਇਹ ਹਰ ਚੀਜ਼ ਇਹ ਰਜਿਸਟਰਡ ਹੈ, ਅਤੇ ਇਹ ਜਿਹੜੀ ਗਲਤ ਬਿਆਨੀ ਉਹ ਕਰ ਰਿਹਾ ਉਹ ਪੁਰਾਣੀ ਖਤਮ ਹੋ ਚੁੱਕ, ਮੁੱਦਾ ਕਲੋਜ਼ ਹੋਇਆ ਵਾ, ਇਹਨੂੰ ਦੁਬਾਰਾ ਰੀਓਪਨ ਕਰਕੇ ਗਲਤ ਬਿਆਨੀ ਕੀਤੀ ਜਾ ਰਹੀ ਹੈ। ਅਤੇ ਸਿੰਘ ਗਿੱਲ ਬਹਿ ਕੇ ਆਪਣੀ ਬੁਰਾੜ 'ਤੇ ਕਹਿੰਦਾ ਸੀ ਕਿ ਮੈਨੂੰ ਝੂਠਾ ਸਾਬਿਤ ਕਰ ਦੇਵੋ, ਮੈਂ ID ਡਿਲੀਟ ਕਰਾਂਗਾ, ਸਭ ਕੁਛ ਮੈਂ ਬੰਦ ਕਰਕੇ ਚਲਾ ਜਾਵਾਂਗਾ। ਸਿੰਘ ਗਿੱਲ 151 ਨੇ ਅਤੇ ਮੈਂ ਸਾਡੇ ਅਸੀਂ ਮਿਲ ਕੇ ਤੈਨੂੰ ਝੂਠਾ ਸਾਬਿਤ ਕਰ ਦਿੱਤਾ ਹੈ ਕਿ ਇਹ ਪੁਰਾਣੀ ਕੇਸ ਤੂੰ ਮੁੱਦਾ ਲੈ ਕੇ ਆਇਆ ਅਤੇ ਦੱਸ ਰਿਹਾ ਇੱਥੇ ਕਿ 3 ਦਿਨ ਪੁਰਾਣਾ ਹੈ। ਹੁਣ ਬੰਦ ਕਰ ਆਪਣੀ ID ਅਤੇ ਬੰਦ ਕਰ ਆਪਣੀ ਟੀਮ ਨੂੰ, ਅਤੇ ਦਫਾ ਹੋ ਜਾਓ ਤੋਂ ਸਾਰੇ ਸਾਰੇ ਜਿੱਥੇ ਬਹਿ ਕੇ ਤੁਸੀਂ ਨਫ਼ਰਤਾਂ ਫੈਲਾ ਰਹੇ ਹੋ ਸਾਡੇ ਸਿੱਖਾਂ ਭਰਾਵਾਂ ਦੇ ਦਰਮਿਆਨ ਅਤੇ ਸਾਡੇ ਅੰਦਰ। ਇਹ ਚੀਜ਼ ਨੂੰ ਦੇਖ ਲਓ, ਸਕਰੀਨਸ਼ਾਟ ਲੈ ਲਓ, ਜਿਹਨੇ ਤਸਦੀਕ ਕਰਨੀ ਹੈ ਉਹ ਤਸਦੀਕ ਕਰ ਸਕਦਾ ਇਸ ਚੀਜ਼ ਦੀ। ਇਹ 2019 ਦਾ ਵਾਕਿਆ, ਹਾਂ, ਇਹ ਕੇਸ ਕਲੋਜ਼ ਹੋ ਚੁੱਕਿਆ ਹੋਇਆ, ਬੱਚੀ ਵੀ ਪਹੁੰਚ ਚੁੱਕੀ ਹੋਈ ਹੈ ਆਪਣੇ ਘਰ, ਹਰ ਚੀਜ਼ ਇਨਸਾਫ ਹੋ ਚੁੱਕਿਆ ਹੋਇਆ ਜੀ। ਸ਼ਾਇਦ ਕੀ ਤੁਸੀਂ ਕਲੀਅਰ ਕਰੋ। ਅੱਛਾ, ਇਹ ਚੀਜ਼ ਖਵਾਜਾ ਸਾਹਿਬ, ਇਹ ਚੀਜ਼ ਮੈਂ ਦੱਸਣਾ ਚਾਹੁੰਦਾ ਵਾਂ, ਜੇ ਤੁਸੀਂ ਇਸ ਮੁੱਦੇ ਨੂੰ ਲੈ ਕੇ, ਕੱਲ੍ਹ ਦਾ ਮੈਂ ਵੀ ਇਹੀ ਬਰਾਡ ਦੇਖੀ ਸੀ, ਦੇਖੋ ਪੰਜਾਬੀਓ ਭਰਾਵੋ, ਚੜ੍ਹਦਾ ਪੰਜਾਬ ਵੀ ਅਤੇ ਲਹਿੰਦਾ ਪੰਜਾਬ ਵੀ। ਇੱਕ ਬੰਦਾ ਆ ਕੇ ਅਤੇ ਜਨਾਬ ਇੱਕ ਫਿਤਨਾ ਛੋੜਨਾ, ਠੀਕ ਹੈ, ਉਹਦੇ 'ਚ ਉਹਦਾ ਮਕਸਦ ਕੀ ਹੈ? ਸਿਰਫ ਅਤੇ ਸਿਰਫ ਪੰਜਾਬੀਆਂ ਨੂੰ ਲੜਾਉਣਾ, ਠੀਕ ਹੈ। ਜੇ ਇਸ ਪਿਕਚਰ ਨੂੰ ਦੇਖ ਕੇ ਵੀ ਤੁਹਾਨੂੰ ਅਕਲ ਨਹੀਂ ਆਏਗੀ ਤਾਂ ਖੁਦਾ ਦੀ ਕਸਮੇ ਸਾਡੇ ਤੋਂ ਪਾਗਲ ਇਨਸਾਨ ਕੋਈ ਨਹੀਂ ਹੈ। ਉਹਦੇ ਤੋਂ ਬਾਅਦ ਮੈਂ ਸਿਰਫ ਇਹ ਕਹਾਂਗਾ ਕਿ ਇਹ ਜਿਹੜੀ ਜੱਫੀ ਹੈ ਨਾ, ਕਮ ਸੇ ਕਮ ਆਪਣੇ ਵੱਡਿਆਂ ਦੀ ਜਿਹੜੀ ਜੱਫੀ ਪਈ ਦੀ ਹੈ ਨਾ, ਜਿਨ੍ਹਾਂ ਨੇ ਪੱਗਾਂ ਵਟਾਈ ਦੀਆਂ ਆਪਸ ਦੇ ਵਿੱਚ, ਯਾਰ ਪੰਜਾਬੀਆਂ ਦਾ ਜਿੰਨਾ ਪਿਆਰ ਹੈ ਨਾ, ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਕਿ ਉਹਨੇ ਜਿੰਨਾ ਅਸੀਂ ਨੁਕਸਾਨ ਉਠਾਇਆ ਦੂਜਿਆਂ ਦੀਆਂ ਗੱਲਾਂ ਸੁਣ ਕੇ, ਪਲੀਜ਼ ਮੈਂ ਮੇਰੇ ਜੁੜੇ ਦੇ ਹੱਥ ਵੇਖ ਲਓ, ਮੈਂ ਤੁਹਾਡੇ ਅੱਗੇ ਮਾਫ਼ੀ ਮੰਗਦਾ ਵਾਂ ਕਿ ਜੋ ਜੋ ਆਪਣਾ ਦੀਨ ਨੂੰ ਪਿਆਰ ਕਰਦੇ ਹੋ, ਮਜ਼ਹਬ ਨੂੰ ਪਿਆਰ ਕਰਦੇ ਹੋ, ਇਹਨਾਂ ਗੰਦੀਆਂ ਮੱਛੀਆਂ ਨੂੰ ਨਾ ਹਾਇਪ ਦਿਓ, ਨਾ ਹਾਇਪ ਦਿਓ। ਅੱਜ ਵੀ ਹੁਣ ਵੀ ਜਾ ਕੇ ਦੇਖ ਲਵੋ, ਅਸੀਂ ਇੱਥੇ ਸਿਰਫ ਗੁਰੂ ਗ੍ਰੰਥ ਦੀ ਗੱਲ ਕੀਤੀ ਹੈ, ਅਤੇ ਇੰਤਸ਼ਾਰ ਫੈਲਾਉਣ ਵਾਲੇ ਬੰਦੇ ਆਪਣੀਆਂ ਬਰਾਡਾਂ ਦੇ ਉੱਤੇ ਕੀ ਜ਼ਾਹਿਰ ਕਰਦੇ ਨੇ ਕਿ ਮੁਫਤੀ ਮੁਬੱਸ਼ਰ ਸ਼ਾਹ ਨੇ ਗੁਸਤਾਹੀ ਕੀਤੀ ਹੈ। ਜ਼ਰਾ ਸੋਚੋ ਸਮਝੋ, ਪਲੀਜ਼ ਸੋਚੋ ਸਮਝੋ। ਅਸੀਂ ਕੋਈ ਵੀ ਮਜ਼ਹਬ ਤੁਹਾਡਾ ਹੋਏ ਸਾਡੇ ਸਿਰ ਮੱਥੇ 'ਤੇ, ਤੁਹਾਡਾ ਵੀ ਇਹੀ ਹੋਣਾ ਚਾਹੀਦਾ ਵੇ ਕਿ ਸਾਡਾ ਮਜ਼ਹਬ ਹੈ, ਤੁਸੀਂ ਵੀ ਆਪਣੇ ਸਿਰ ਮੱਥੇ 'ਤੇ ਰੱਖੋ। ਉਹ ਇਨਸਾਨ ਦਾ ਬੱਚਾ ਹੀ ਨਹੀਂ ਹੈ ਕਿਸੇ ਦਾ ਮਜ਼ਹਬ ਨੂੰ ਟਾਰਗੇਟ ਕਰੇ। ਯਾਰ ਮੈਂ ਪਿਛਲੇ 2 ਦਿਨ ਤੋਂ ਬਜ਼ਾਤੇ ਖੁਦ ਇੰਨਾ ਡਿਸਟਰਬ ਹੋਇਆ ਕਿ ਮੈਂ ਕੰਮ 'ਤੇ ਨਹੀਂ ਜਾ ਸਕਿਆ, ਲੇਕਿਨ ਕਿਸੇ ਨੇ ਤਾਂ ਇਹਦਾ ਹੱਲ ਚੁੱਕਣਾ ਨਾ, ਅਤੇ ਉਹ ਅਸੀਂ ਲੋਕੀ ਹਾਂ। ਹੁਣ ਜਿਹੜਾ ਸਿੰਘ ਗਿੱਲ ਇਹ ਪ੍ਰਚਾਰ ਕਰਨਾ ਪਿਆ ਕਿ ਜਨਾਬ ਇਸ ਬੱਚੀ ਨੂੰ ਇਨਸਾਫ਼ ਦਵਾਓ, ਇਸ ਬੱਚੀ ਨੂੰ ਇਨਸਾਫ਼ ਦਵਾਓ,
ਉਹ 2019 ਦਾ ਮਾਮਲਾ, ਵਾਲਕਮ ਸਾਹਿਬ 2019 ਦਾ ਮਾਮਲਾ, ਕਿਸੇ ਨੇ ਕਦੀ ਉਹਦੀ ਗੱਲ ਦੀ ਰਿਸਰਚ ਕੀਤੀ ਹੈ ਕਿ ਇਹ ਕੀ ਹੋ ਰਿਹਾ ਤੇ ਕੀ ਨਹੀਂ ਹੈ? ਮੈਂ ਤੁਹਾਨੂੰ ਦੱਸਣਾ ਕਿ ਤੁਹਾਡੇ ਇੰਡੀਆ ਦੇ ਵਿੱਚ ਕੀ ਹੋ ਰਿਹਾ। ਇੱਕ ਇੱਕ ਯੂਰਪੀਅਨ ਗੋਰਾ, ਇਹ ਜ਼ਰਾ ਲਾਈਓ ਜੀ, ਜ਼ਰਾ ਦਾਨੀਅਲ ਸਾਹਿਬ ਪਿਕਚਰ ਲਾਓ ਜ਼ਰਾ। ਇੱਕ ਯੂਟਿਊਬਰ, ਅਫਗਾਨਿਸਤਾਨ ਜਨਾਬ ਦੁਨੀਆ ਦਾ ਸਭ ਤੋਂ ਬੁਰਾ ਮੁਲਕ, ਉਹਨਾਂ ਨੂੰ ਹੱਥਾਂ ਤੇ ਚੁੱਕ ਕੇ ਜਨਾਬ ਪੂਰਾ ਅਫਗਾਨਿਸਤਾਨ ਵਹਾਇਆ, ਤੇ ਜਦੋਂ ਉਹ ਟਰੈਵਲ ਕਰਦੇ ਕਰਦੇ ਇੰਡੀਆ ਟੁਰ ਗਏ, ਪਿਛਲੇ ਮਹੀਨੇ ਦੀ ਗੱਲ ਜੇ, ਉਹ ਜਦੋਂ ਟੁਰ ਗਏ ਇੰਡੀਆ ਟੁਰ ਗਏ, ਉੱਥੇ ਚੌਂ ਬੰਦਿਆਂ ਨੇ ਜਨਾਬ ਉਸ ਉਹਦੀ ਵਾਈਫ ਦੇ ਨਾਲ ਉਹਦੇ ਸਾਹਮਣੇ ਰੇਪ ਕੀਤਾ। ਕਿਸੇ ਕੰਜਰ ਨੇ ਮੀਡੀਆ ਤੇ ਗੱਲ ਕੀਤੀ ਹੈ ਜਾਂ ਅਸਾਂ ਗੱਲ ਚੁੱਕੀ ਹੈ ਕਿ ਇੰਡੀਆ ਦੇ ਵਿੱਚ ਕੁਝ ਹੋਇਆ? ਯਾਰ ਹੱਦ ਹੁੰਦੀ ਹੈ ਬੇਹਿੱਸੀ ਦੀ ਵੀ। ਜੇ ਮੁਸਲਮਾਨ ਐਡੇ ਹੀ ਬੁਰੇ ਹੁੰਦੇ ਨਾ, ਤੇ ਅੱਜ ਤੁਹਾਡੀਆਂ ਮੁਕੱਦਸ ਮਕਾਮਾਤ ਜਿਹੜੇ ਨੇ ਉੱਥੇ ਨਾ ਹੁੰਦੇ, ਪਾਕਿਸਤਾਨ 'ਚ ਨਾ ਹੁੰਦੇ। ਅੱਜ ਵੀ ਜਾ ਕੇ ਦੇਖ ਲਵੋ, ਤੁਹਾਡੇ ਬਾਬਾ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਬਣਾਇਆ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਤੁਹਾਡਾ, ਤੇ ਅੱਜ ਵੀ ਉੱਥੇ ਜਾ ਕੇ ਦੇਖ ਲਓ ਇੰਡੀਆ 'ਚੋਂ ਚੱਲਿਆ ਦਾ ਬੰਬ, ਉਹ ਖੂਹ ਦੇ ਨਾਲ ਉਹਨੂੰ ਕੀ ਕਹਿੰਦੇ ਨੇ, ਅਸੀਂ ਪਛਪਾਂ ਕੀਤਾ ਦਾ ਵੇ, ਉਹ ਬੰਬ ਅਸੀਂ ਮਾਰਿਆ ਸੀ ਕਿ ਇੰਡੀਆ ਲੋ ਆਇਆ ਸੀ? ਆਪਣੀ ਇੱਜ਼ਤ ਨੂੰ ਪਹਿਚਾਣੋ। ਇਹ ਗੱਲਾਂ ਕਿਉਂ ਹੋ ਰਹੀਆਂ ਨੇ ਅੱਗੋਂ ਤੁਹਾਡੇ ਇਲੈਕਸ਼ਨ ਨੇ? ਮੋਦੀ ਨੇ ਫਿਰ ਆ ਕੇ ਤੁਹਾਡੀ ਜਿਹੜੀ ਕੁੱਤੇ ਵਾਲੀ ਕਰਨੀ ਹੈ। ਇਹ ਮੈਂ ਹੱਕ ਤੇ ਸੱਚ ਦੀ ਗੱਲ ਕਰਦਾ, ਜੇ ਮੈਂ ਭਾਵੇਂ ਤੁਹਾਨੂੰ ਗੁੱਸਾ ਲੱਗੇ, ਪੰਜਾਬੀ ਉਹ 1947 ਦੀ ਵੀ ਤੁਹਾਡੇ ਨਾਲ ਧੋਖਾ ਹੋਇਆ, ਅੱਜ ਵੀ ਤੁਹਾਡੇ ਨਾਲ ਧੋਖਾ ਹੋ ਰਿਹਾ ਵੇ। ਚੰਦ ਟੱਕਿਆਂ ਦੀ ਖਾਤਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਨਾਬ ਇੰਨੀ ਇੰਨੀ ਗੁਸਤਾਹੀ ਹੋ ਰਹੀ ਹੈ, ਤੇ ਅਸੀਂ ਲੋਕੀ ਸਿਰਫ ਨਾ ਪਸੰਦ ਲੋਕ। ਮੈਨੂੰ ਇੱਥੇ ਕੋਈ ਇੱਕ ਇੱਕ ਗਿਫਟ ਵੀ ਕਰਦਾ ਨਾ, ਤੇ ਖੁਦਾ ਦੀ ਕਿਸਮ ਉਹਨੂੰ ਕਹਿੰਦਾ ਕਿ ਮਨਾ ਉਹ ਨਾ ਕਰ, ਮੈਂ ਇੱਥੇ ਪੈਸੇ ਕਮਾਉਣ ਨਹੀਂ ਬੈਠਾ ਤਾ। ਇੱਥੇ ਜੋ ਗਲਤ ਕੰਮ ਕਰੇਗਾ ਉਹਨੂੰ ਇੱਥੇ ਟੰਗਾਂਗੇ, ਤੇ ਇਹ ਹੁਣ ਸਾਰੇ ਪੰਜਾਬੀਆਂ ਦਾ ਰਲ ਕੇ ਇੱਕ ਵਾਰੀ ਜਿਹੜਾ ਵੇ ਨਾ, ਉਹੋ ਜਿਹਾ ਜੀ ਨਾ ਕਰੋ ਪਲੀਜ਼। ਅੱਛਾ, ਸਾਰੇ ਪੰਜਾਬੀਆਂ ਦਾ ਜਿਹੜੇ ਜਿਹੜੇ ਆਪਣੇ ਮਜ਼ਹਬ ਨੂੰ ਪਿਆਰ ਕਰਦੇ ਨੇ, ਯਕਜਾ ਹੋ ਕੇ ਇੱਕ ਭਰਾ ਬਣ ਕੇ ਸਾਰੇ, ਇਹਨਾਂ ਗੰਦੀਆਂ ਮੱਛੀਆਂ ਦਾ ਬਾਈਕਆਊਟ ਕੀਤਾ ਜਾਏ। ਅੱਜ ਰਾਤੀ 10 ਵਜੇ 151 ਨਾਲ ਕਿੰਨੇ ਇਖਤਲਾਫਾਂ ਸਨ ਮੇਰੇ, ਅਲੀ ਲੰਡਨ ਨਾਲ ਕਿੰਨੇ ਇਖਤਲਾਫਾਂ ਸਨ ਮੇਰੇ। ਜਦੋਂ ਆਪਣੇ ਮਜ਼ਹਬ ਦੀ ਗੱਲ ਹੁੰਦੀ ਹੈ, ਅਸੀਂ ਸਾਰੇ ਇਖਤਲਾਫਾਂ ਖਤਮ ਕਰ ਦਿੰਦੇ ਹਾਂ। ਅੱਜ ਰਾਤੀ 10 ਵਜੇ 151 ਲਾਈਵ ਲਾਏਗਾ, ਅਸੀਂ ਸਾਰੇ ਉੱਥੇ ਜਾਵਾਂਗੇ, ਸਿਰਫ ਤੇ ਸਿਰਫ ਕਾਹਦੇ ਵਾਸਤੇ ਕਿ ਉੱਧਰ ਸਿੱਖਾਂ ਦਾ ਮਜ਼ਹਬ ਟਾਰਗੇਟ ਹੋ ਰਿਹਾ, ਇੱਥੇ ਮੁਸਲਮਾਨਾਂ ਦਾ ਮਜ਼ਹਬ ਟਾਰਗੇਟ ਹੋ ਰਿਹਾ, ਤੇ ਕੌਣ ਗੰਦੀਆਂ ਮੱਛੀਆਂ ਕਰਵਾ ਰਹੀਆਂ ਨੇ। ਇਹ ਇਨਸ਼ਾਅੱਲਾ ਤਾਲਾ ਅਸੀਂ ਹੱਕ ਤੇ ਸੱਚ ਦੀ ਗੱਲ ਕਰਾਂਗੇ। ਮੈਂ ਖੁਦਾ ਦੀ ਕਸਮ ਚੁੱਕ ਕੇ ਕਹਿੰਦਾ, ਪਰਸੋਂ ਕੱਲ੍ਹ ਖਵਾਜਾ ਸਾਹਿਬ ਨੂੰ ਪਤਾ ਲੱਗਾ ਵੇ ਕਿ ਖਵਾਜਾ ਸਾਹਿਬ ਦਾ ਦਿਲ ਦੁੱਖਿਆ, ਖਵਾਜਾ ਸਾਹਿਬ ਨੇ ਇੰਟਰਨੈਟ ਡਿਲੀਟ ਕਰ, ਸੋਰੀ ਟਿਕਟੋਕ ਡਿਲੀਟ ਕਰ ਛੱਡੀਏ, ਆਪਣਾ ਵਟਸਐਪ ਦਾ ਨੰਬਰ ਉਹਨਾਂ ਨੇ ਦੇ ਸੀ, ਪਰ ਚੱਲਦਾ ਲਾ ਇਲਾਹ ਇਲੱਲਾ ਮੁਹੰਮਦ ਰਸੂਲਿਲਾ ਪੜ੍ਹ ਕੇ ਕਹਿੰਦਾ ਵਾ। ਮੈਨੂੰ ਇੰਨਾ ਦੁੱਖ ਲੱਗਾ ਸੀ ਕਿ ਮੈਨੂੰ ਪਤਾ ਲੱਗਾ ਸੀ ਕਿ ਮੈਂ ਇਕੱਲਾ ਰਹਿ ਗਿਆ। ਕੱਲ੍ਹ ਮੇਰੀ ਲਾਈਵ ਦੇ ਉੱਤੇ ਮੈਂ ਦੇਖਿਆ ਖਵਾਜਾ ਸਾਹਿਬ ਐਕਟਿਵ ਨੇ ਲਾਈਵ 'ਤੇ, ਮੈਂ ਆਪਣੀ ਲਾਈਵ ਚੱਲਦੀ ਬੰਦ ਕਰਕੇ ਖਵਾਜਾ ਸਾਹਿਬ ਕੋਲ ਟੁੱਟ ਗਿਆ। ਐਂਡ ਆਈ ਫੀਲ ਪ੍ਰਾਊਡ ਆਫ ਇਹ ਕਿ ਮੇਰਾ ਭਰਾ ਫਿਰ ਮੇਰੇ ਨਾਲ ਮੁੰਡੇ ਨਾਲ ਮੁੰਡਾ ਕਰਕੇ ਇੱਕ ਖਲੋ ਗਿਆ ਵੇ। ਯਾਰ ਅਸੀਂ ਤੁਹਾਡਾ ਇਹ ਮੁਫਤੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਮੁਫਤੀ ਸਾਹਿਬ ਪਿਛਲੇ 25 ਸਾਲ ਤੋਂ ਤੁਹਾਡੀ ਲੜਾਈ ਲੜਦੇ ਨੇ ਪਏ, ਤੇ ਇਹ ਬਗੈਰਤ ਕਾਦਿਆਨੀਆਂ ਨੂੰ ਜਿਹੜੇ ਸਾਡਾ, ਹੁਣ ਮੈਂ ਇੱਕ ਕਾਦਿਆਨੀ ਹੈ ਕੌਣ ਹੈ? ਗਿੱਲ ਸਾਹਿਬ ਨੇ ਸਵਾਲ ਕੀਤਾ ਕਾਦਿਆਨੀ ਹੈ ਕੌਣ ਨੇ, ਮੈਂ ਦੱਸਣਾ ਤੁਹਾਨੂੰ ਕੌਣ ਨੇ ਕਾਦਿਆਨੀ। ਤੁਹਾਡੇ 10 ਗੁਰੂ ਤੇ 11ਵੀਂ ਤੁਹਾਡੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ, ਠੀਕ ਹੈ,
ਜੇ ਕੋਈ ਕੰਜਰ ਦਾ ਬੱਚਾ ਆ ਕੇ ਕਵੇ ਨਾ ਕਿ ਮੈਂ ਤੁਹਾਡਾ 12ਵਾਂ ਗੁਰੂ 13ਵਾਂ ਗੁਰੂ, ਜੇ ਐਗਜੈਕਟਲੀ ਮਰਜ਼ਈ ਕਾਦਿਆਨੀ ਕੁੱਤੀ ਦੇ ਬੱਚੇ ਉਹ ਨੇ ਜਿਨ੍ਹਾਂ ਨੇ ਆਪ ਸਾਡਾ ਨਬੀ ਆਪ ਸੱਲਲ੍ਲਾਹੁ ਅਲੈਹਿ ਵਸੱਲਮ ਤੋਂ ਬਾਅਦ ਕੋਈ ਨਬੀ ਨਹੀਂ ਆਉਣਾ, ਠੀਕ ਹੈ। ਉਹਨਾਂ ਕਿਹਾ ਕਿ ਇੱਕ ਹੋਰ ਨਬੀ ਆ ਗਿਆ, ਇਸ ਵਾਸਤੇ ਪਾਕਿਸਤਾਨੀ ਗਵਰਨਮੈਂਟ ਨੇ ਇਹਨਾਂ ਨੂੰ ਕਾਫਰ ਕਰਾਰ ਦਿੱਤਾ ਗਿਆ ਕਿ ਤੁਸੀਂ ਮੁਸਲਮਾਨ ਨਹੀਂ ਹੋ। ਇਹ ਜੇ ਕਾਦਿਆਨੀ, ਇਹ ਜੇ ਉਹ ਭੁਗਤ ਜਿਹੜੀ ਪਾਕਿਸਤਾਨ ਤੇ ਮੁਸਲਮਾਨਾਂ ਤੇ ਕੱਢਦੇ ਨੇ ਪਏ, ਉਹਨਾਂ ਨੂੰ ਕੋਈ ਫਰਕ ਪੈਂਦਾ ਜਾਂ ਤੁਹਾਡਾ ਗੁਰੂ ਟੰਗਿਆ ਜਾਏ ਜਾਂ ਸਾਡਾ ਕਾਬਾ ਟੰਗਿਆ ਜਾਏ? ਉਹ ਤੇ ਕੰਜਰ ਦੇ ਬੱਚੇ ਜੇ ਉੱਥੇ ਕਾਬਾ ਟੰਗਿਆ ਜਾਂਦਾ ਉੱਥੇ ਗਾਲਾਂ ਕੱਢਦੇ ਨੇ ਪਏ ਜਾ ਕੇ, ਤੇ ਜੇ ਉੱਥੇ ਕੋਈ ਗੁਰੂ ਟੰਗਿਆ ਜਾਂਦਾ ਤੇ ਉਹਨਾਂ ਨੂੰ ਨਾਲ ਲੜ ਕੇ ਗਾਲਾਂ ਕੱਢਦੇ ਨੇ ਪਏ? ਇਹ ਜੇ ਕਾਦਿਆਨੀਅਤ। ਸ਼ਾਹ ਸਾਹਿਬ, ਟਿਕ ਟਾਕ ਤੇ ਬੈਠ ਕੇ ਕਰਤਾਰਪੁਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਨੂੰ ਪੁੱਛੋ ਪੰਜਾਬ ਦੀ ਆਵਾਮ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਉਹ ਇੱਕ ਸਾਲ ਦੀ ਕਲੀਲ ਮੁੱਦਤ ਵਿੱਚ ਬਣਾ ਕੇ ਤੁਹਾਡੇ ਪੇਸ਼ ਕੀਤਾ। ਦੱਸੋ ਕਿਸੇ ਸਿੰਘ ਨੇ ਕੋਈ ਫੰਡ ਦਿੱਤਾ, ਮੰਗਿਆ? ਨਹੀਂ। ਯੂਨੀਵਰਸਿਟੀ ਪਿਛਲੇ ਸਾਲ ਤੁਹਾਨੂੰ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ ਬਣਾ ਕੇ ਦਿੱਤੀ ਹੈ। ਏਸ਼ੀਅਨ ਭਾਈ ਜੀ, ਸਾਡੇ ਇੱਕ ਬੰਦੇ ਨੇ ਕਿੰਨੇ ਅਰਬ ਰੁਪਈਆ ਦਿੱਤਾ ਪਤਾ ਤੁਹਾਨੂੰ ਇਹ ਗੱਲ ਦਾ? ਨਹੀਂ ਸਰ, ਕੋਈ ਰਿਕਾਰਡ ਤੇ ਮੌਜੂਦ ਨਹੀਂ, ਆਪਣੇ ਮੂੰਹ ਨਾਲ ਕਹਿੰਦੀ ਜਾਓ ਤੁਸੀਂ। ਓ ਭਾਈ ਜੀ, ਇਹ ਗੱਲ ਤੇ ਤੁਸੀਂ ਯਕੀਨ ਨਹੀਂ ਮੰਨਦੇ ਨਹੀਂ ਜਨਾਬ। ਗੱਲ ਹੈ ਵੇ ਗਿੱਲ ਸਾਹਿਬ ਜੀ, ਗਿੱਲ ਸਾਹਿਬ ਤੁਸੀਂ ਸਿੱਖ ਹੋ? ਹਾਂਜੀ। ਅੱਛਾ, ਮੈਂ ਪੁੱਛਣਾ ਸੀ ਕਿ ਜਿਹੜਾ ਤੁਹਾਡੇ ਇਹ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ ਜਿਹੜਾ ਕੋਈ ਗਲਤ ਗੱਲ ਕਰਦਾ ਤੇ ਉਹਦਾ ਦਿਫਾ ਕਰਦਾ, ਜਾਂ ਤੁਹਾਡੀ ਗ੍ਰੰਥ ਸਾਹਿਬ ਦਾ ਦਿਫਾ ਕਰਦਾ ਵੇ, ਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੋਣਗੇ ਜਨਾਬ? ਹੁਣ ਮੌਲਵੀ ਜੀ, ਮੈਂ ਤੁਹਾਨੂੰ ਦੱਸਾਂ, ਮੇਰੇ ਦਿਲ 'ਚ ਉਹਦੇ ਲਈ ਮਤਲਬ ਵੀ ਗੁੱਸਾ ਵੀ ਆਊ, ਸਭ ਚੀਜ਼ ਆਊਗੀ। ਮੈਂ ਆਪਦੇ ਮੂੰਹੋਂ ਗਾਲ ਨਹੀਂ ਕਰ ਸਕਦਾ ਉਹਨੂੰ, ਕਿਉਂਕਿ ਸਾਡੇ ਮਾਂ ਪਿਓ ਦਾ ਸਾਡੇ ਵਾਹਿਗੁਰੂ ਨੇ ਇਹ ਨਹੀਂ ਸਿਖਾਇਆ ਵੀ ਮੈਂ ਕਿ ਇਹਨੂੰ ਗੰਦਾ ਬੋਲਾਂ ਨਾ। ਉਹਨੂੰ ਗਾਲਾਂ ਵੀ ਕੱਢੋਗੇ ਤੁਸੀਂ ਕਿ ਜਿਹੜਾ ਤੁਹਾਡੇ ਬਾਬਾ ਗੁਰੂ ਨਾਨਕ ਸਾਹਿਬ ਦੀ ਇੱਜ਼ਤ ਕਰੇ? ਨਹੀਂ, ਮੈਂ ਆਪਣੇ ਗੁਰੂ ਅੱਗੇ ਹੱਥ ਜੋੜੂੰਗਾ ਵੀ ਤੂੰ ਹੀ ਜਾਣੀ ਜਾਣਾ ਇਹਦਾ, ਤੂੰ ਹੀ ਕਰਨਾ, ਇਹਨੂੰ ਕੋੜ ਪਵੇ ਜੋ ਮਰਜ਼ੀ ਪਵੇ। ਤੁਸੀਂ ਗੱਲ ਕੋਈ ਭੰਗ ਤੇ ਨਹੀਂ ਜੇ ਪੀਤੀ ਇਸ ਟਾਈਮ, ਜਾਂ ਕੋਈ ਸ਼ਰਾਬ ਸ਼ੁਰੂ ਵੀ ਤੁਸੀਂ ਪੀਂਦੇ ਹੋ ਤੇ ਇਸ ਟਾਈਮ ਪੈਗ ਪੁਗ ਤੇ ਨਹੀਂ ਜੇ ਲਾਇਆ? ਪਹਿਲੇ ਇਹ ਦੱਸ ਦਿਓ ਨਾ। ਮੌਲਵੀ ਜੀ, ਮੈਂ ਤੁਹਾਡੇ ਘਰੇ ਤੇ ਬਹਿ ਕੇ ਨਹੀਂ ਪੀ ਕੇ ਆਇਆ, ਕਿਉਂਕਿ ਮੈਂ ਸ਼ਰਾਬ ਕੋਈ ਸਾਰੇ ਬੰਦੇ ਨਹੀਂ ਪੀਂਦੇ। ਤੁਹਾਡੇ ਤੇ ਮਜ਼ਹਬ ਦੇ ਵਿੱਚ ਹੈ ਵੇ ਨਾ, ਮੈਂ ਵੈਸੇ ਪੁੱਛਿਆ ਵੀ ਇਸ ਟਾਈਮ ਟੁੰਨ ਤੇ ਨਹੀਂ ਤੁਸੀਂ? ਸਹੀ, ਮੈਂ ਗੱਲ ਕੀ ਹੋ ਸੋਚਣਾ ਪਿਆ, ਤੁਹਾਡੇ ਮੁਸਲਮਾਨ ਨਹੀਂ ਪੀਂਦੇ। ਮੈਂ ਗੱਲ ਪੁੱਛੀ ਸੀ ਕਿ ਤੁਹਾਡਾ ਇੱਕ ਕੋਈ ਬੰਦਾ ਮੁਸਲਮਾਨ ਹੈ ਤੇ ਉਹ ਤੁਹਾਡੇ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ ਕੋਈ ਬੰਦਾ, ਕੋਈ ਹੋਰ ਬੰਦਾ ਉਹ ਇਤਰਾਜ਼ਾਤ ਕਰਦਾ ਤੇ ਲੇਕਿਨ ਉਹ ਮੁਸਲਮਾਨ ਬੰਦਾ ਜਿਹੜਾ ਵੇ ਉਹ ਦਿਫਾ ਕਰਦਾ? ਉਹ ਮੁਫਤੀ ਸਾਹਿਬ, ਉਹਨਾਂ ਨੂੰ ਪਹਿਲੇ ਈਜ਼ੀ ਪੰਜਾਬੀ ਸਮਝਾਓ, ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਕੀ ਗੱਲ। ਮੈਂ ਗੱਲ ਉਹ ਹੀ ਨਾ, ਮੈਂ ਤਾਂ ਹੀ ਪੁੱਛਿਆ ਸੀ ਕਿ ਕੋਈ ਪੈਗ ਪੁੱਗ ਤੇ ਨਹੀਂ ਨੇ ਲਾਇਆ? ਮੈਂ ਤਾਂ ਪੁੱਛਿਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪੰਜਾਬੀ ਗੱਲ ਕਰ ਰਿਹਾ ਵਾਂ ਕਿ ਮੈਂ 25 ਸਾਲ ਤੋਂ ਤੁਹਾਡੇ ਮਜ਼ਹਬ ਦੀ ਲੜਾਈ ਲੜ ਰਿਹਾ। ਉਹ ਕਾਦਿਆਨੀ ਤੁਹਾਡੇ ਮਜ਼ਹਬ ਨੂੰ ਬਦਨਾਮ ਕਰ ਰਹੇ ਨੇ, ਤੁਹਾਡੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਗਾਲਾਂ ਕੱਢ ਰਹੇ ਨੇ, ਤੁਹਾਡੇ ਗ੍ਰੰਥ ਸਾਹਿਬ ਨੂੰ ਤੋਹੀਨ ਕਰ ਰਹੇ ਨੇ, ਮੁਫਤੀ ਮੁਬੱਸ਼ਰ ਤੇ ਤੁਹਾਡੀ ਲੜਾਈ ਲੜ ਰਹੇ। ਉਹ ਭਾਈ ਜੀ, ਉਹ ਜੇ ਮੈਂ ਕਹਿੰਦੇ ਵੀ ਸਾਡੇ ਅੱਗੇ ਚੀਜ਼ ਨਹੀਂ ਆਈ। ਕੀ ਨਹੀਂ ਆਈ ਵੀ ਸਾਡੇ ਬਾਬਾ ਜੀ ਨੂੰ ਕਰ ਲਈ ਦਾ? ਕੋਈ ਖੱਟਾ ਪਿਆਜ਼ ਜੇ ਖੱਟਾ ਥੋੜਾ ਜਿਹਾ ਚੂਸੋ ਤੁਹਾਨੂੰ ਅਜੇ। ਮੁਫਤੀ ਸਾਹਿਬ ਪਲੀਜ਼, ਥੋੜਾ ਜਿਹਾ ਨਹੀਂ ਸਮਝ ਆਣੀ ਤੁਹਾਨੂੰ, ਨਹੀਂ ਸਮਝ ਆ। ਅੱਛਾ ਮੁਫਤੀ ਸਾਹਿਬ, ਗੇਲ ਸਾਹਿਬ, ਮੁਫਤੀ ਸਾਹਿਬ ਦਾ ਕਹਿਣ ਦਾ ਮਤਲਬ ਇਹ ਵੇ ਜੀ, ਖਵਾਜਾ ਜੀ ਬੋਲੋ। ਸ਼ਾਇਦ ਭਾਈ ਮੈਨੂੰ ਗਿੱਲ ਸਾਹਿਬ, ਸ਼ਾਇਦ ਭਾਈ ਇੱਕ ਮਿੰਟ, ਸ਼ਾਇਦ ਭਾਈ ਤੁਸੀਂ ਇਹ ਵਾਰ ਵਧੀਆ ਗੱਲ ਕਰਦੇ ਜੇ ਤੇ ਜੇ ਮੁਫਤੀ ਸਾਹਿਬ ਨੂੰ ਕੋ ਕਹਿਤਾ ਨਾ
ਫਿਰ ਮਿਰਚਾਂ ਲੱਗਣੀਆਂ ਵੀ ਫਿਰ ਉਹ ਸਿੱਖ ਇੱਦਾਂ ਕਹਿੰਦੇ ਆ ਬਰੋਡ ਤੇ ਨਾ ਚੁੱਕੋ। ਜੇ ਅਸਲੀ ਮੁਫਤੀ ਹੁੰਦਾ ਤੂੰ ਜੇ ਸਿੱਖਿਆ ਦੇਣ ਵਾਲਾ ਇਹੋ ਜਿਹੀ ਗੱਲ ਹੀ ਨੀ ਕਰਦਾ। ਗਿੱਲ ਸਾਹਿਬ ਇੱਕ ਮਿੰਟ ਮੇਰੀ ਗੱਲ ਵੀਰ, ਮੈਂ ਤੁਹਾਨੂੰ ਪੁੱਛਿਆ ਯਾਰ ਉਹ ਮਾਫ ਕਰ ਦਿਓ, ਮੈਂ ਤੁਹਾਨੂੰ ਮਜ਼ਾਕ ਕੀਤਾ ਵੇ। ਗਿੱਲ ਸਾਹਿਬ ਮੇਰੀ ਇੱਕ ਗੱਲ ਇਹ ਨਾ ਗੱਲ ਗੱਲਾਂ ਬਹਿਕੀਆਂ ਬਹਿਕੀਆਂ ਕਰਦੇ ਸੀ ਪਹਿਲੇ ਮੈਂ ਤਾਂ ਸਾਹਿਬ ਜਿਹੜੀ ਸ਼ਰਾਬ ਦੀ ਗੱਲ ਕੀਤੀ ਆ ਨਾ ਸਿੱਖ ਧਰਮ ਦੇ ਵਿੱਚ ਲਾਂਤ ਪਾਉਣੇ ਸੀ ਸ਼ਰਾਬ ਨੂੰ, ਜਿਹੜੇ ਪੀਂਦੇ ਆ ਉਹ ਲਾਂਤੀ ਬੰਦੇ ਜਿਹੜੇ ਪੀਂਦੇ ਆ, ਸਹੀ ਆ। ਤੇ ਮੁਸਲਮਾਨਾਂ ਦੇ ਵਿੱਚ ਵੀ ਬਹੁਤ ਬੰਦੇ ਇਸ ਟਾਈਮ ਪੀ ਰਹੇ ਆ ਭਾਈ ਸਾਹਿਬ ਜੀ, ਪੀ ਰਹੇ ਆ। ਗਿੱਲ ਸਾਹਿਬ ਇੱਕ ਮਿੰਟ, ਹਾਂ ਜੀ ਜੀ, ਗਿੱਲ ਸਾਹਿਬ ਮੇਰੇ ਸਵਾਲ ਦਾ ਜਵਾਬ ਮੈਨੂੰ ਦਵੋ। ਤੁਹਾਡੇ ਅਗਰ ਵਾਲਦ ਸਾਹਿਬ ਨੂੰ ਕੋਈ ਗਾਲ ਕੱਢੇਗਾ ਤੁਹਾਡੇ ਅਬੂ ਨੂੰ, ਤਾਂ ਤੁਸੀਂ ਕੀ ਕਰੋਗੇ? ਅਸੀਂ ਉਹਦੀਆਂ ਆਂਦਰਾਂ ਕੱਢ ਦਾਂਗੇ ਜੀ, ਅਸੀਂ ਉਹਦੀਆਂ ਆਂਦਰਾਂ ਕੱਢ ਦਾਂਗੇ। ਇਹ ਜਿਹੜਾ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਹੈ, ਤੁਹਾਡੇ ਗੁਰੂ ਨਾਨਕ ਸਾਹਿਬ ਨੂੰ ਅਗਰ ਕੋਈ ਬੁਰਾ ਭਲਾ ਕਹਿੰਦਾ, ਤੁਸੀਂ ਕੀ ਕਰੋਗੇ? ਭਾਈ ਜਾਨ ਉਹ ਤੇ ਕਹਿੰਦੇ ਅੱਗੋਂ ਅਸੀਂ ਇਹਨੂੰ ਬੋਲਾਂਗੇ, ਸਾਡੇ ਅੱਗੇ ਚੀਜ਼ ਨਹੀਂ ਆਈ ਨਾ। ਆਂਦਰਾਂ ਦੇਣਗੇ ਨੀ, ਮੇਰੀ ਗੱਲ ਸੁਣੋ ਪਹਿਲਾਂ। ਸ਼ਾਇਦ ਭਾਈ ਜੀ ਵੇਖ ਲਓ ਮੌਲਵੀ ਕਿੰਨਾ ਗਲਤ ਬੋਲਦਾ, ਮੌਲਵੀ ਜੀ ਜੇ ਮੇਰੇ ਲਾਗੇ ਹੋ ਨਾ ਤੇ ਇਹਨੂੰ ਮੈਂ ਕਾਚੇ ਲੈ ਕੇ ਘੋਟ ਕੇ ਮਾਰਦਾ। ਇੱਕ ਮਿੰਟ, ਇੱਕ ਮਿੰਟ ਗਿੱਲ ਭਾਜੀ ਮੇਰੀ ਗੱਲ ਸੁਣੋ ਭਾਜੀ, ਜਿਹੜੇ ਅਸੀਂ ਹੁਣ ਤੱਕਰਾ ਮੁਸਲਮਾਨਾਂ ਨੂੰ ਸਾਰਾ ਵੇਖੀ ਸਮਝਦੇ ਨਹੀਂ ਆ ਵੀ ਫੈਸਲਾ ਹੋਵੇ ਰੱਬ ਦਾ ਬੰਦਾ ਜੀ, ਸਵਾਲ ਨਹੀਂ ਦਾ। ਇੱਕ ਮਿੰਟ ਮੈਨੂੰ ਗਿੱਲ ਸਾਹਿਬ ਨਾਲ ਗੱਲ ਕਰਨ ਦਿਓ। ਤੁਸੀਂ ਮੌਲਵੀ ਸਾਹਿਬ ਨੂੰ, ਮੁਫਤੀ ਸਾਹਿਬ ਨੂੰ ਮੌਲਵੀ ਨਾ ਆਖੋ, ਇਹ ਮੁਫਤੀ ਸਾਹਿਬ ਨੇ ਸਾਡੇ, ਠੀਕ ਹੈ? ਇਹ ਮੁਫਤੀ ਸਾਹਿਬ ਨੂੰ ਤੁਸੀਂ ਆਖਿਆ ਕਿ ਤੁਸੀਂ ਇਹਨੂੰ ਹੁੰਦੇ ਇਲਾਕੇ ਦੇ ਅੰਦਰ ਤੁਸੀਂ ਇਹਨਾਂ ਨੂੰ ਮਾਰ ਦੇ, ਜਿਹੜਾ ਬੰਦਾ ਤੁਹਾਡੇ ਕੱਛ ਚ ਲੈਂਦਾ, ਤਾਂ ਜਿਹੜਾ ਬੰਦਾ ਤੁਹਾਡੇ ਗੁਰੂ ਨਾਨਕ ਸਾਹਿਬ ਨੂੰ ਬੁਰਾ ਭਲਾ ਕਹਿੰਦਾ ਪਿਆ, ਜਿਹੜਾ ਸਾਰੀਆਂ ਗਲੀਜ਼ ਗੱਲਾਂ ਲਿਖਦਾ ਪਿਆ, ਉਹਨੂੰ ਕਿਉਂ ਨੀ ਤੁਸੀਂ ਕੱਛ ਚ ਲੈਂਦੇ? ਭਰਾਵਾ ਖਵਾਜਾ ਭਾਜੀ, ਹੁਣ ਤੱਕ ਰਾਹੀਂ ਸਾਰੇ ਮੁਸਲਮਾਨਾਂ ਨੂੰ ਇੱਕ ਹੀ ਸਮਝਦੇ ਰਹੇ ਹਾਂ, ਸਾਨੂੰ ਇਸ ਚੀਜ਼ ਬਾਰੇ ਨੌਲੇਜ ਹੀ ਨਹੀਂ ਹੈਗੀ। ਕਿਤਾਬ ਦੇ ਨਾਲ ਹਵਾਲਾ ਦਿੰਦੇ ਨੇ, ਖਾਲੀ ਮੂੰਹ ਦੇ ਨਾਲ ਗੱਲ ਨਹੀਂ ਕਰਦੇ, ਠੀਕ ਹੈ? ਉਹ ਹਵਾਲਾ ਦੇ ਰਹੇ ਨਹੀਂ ਇਹੋ ਤੇ ਗੱਲ ਕਿਆ ਵਾ ਵੀ ਸੁਣੋ ਮੈਂ ਕੀ ਕਹਿ ਬਿਲੂ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਬੁਰਾ ਭਲਾ ਆਖਿਆ ਮਿਰਜ਼ੇ ਗੁਲਾਮ ਅਹਿਮਦ ਕਾਦੀਆਨੀ ਤੇ ਲਾਨਤ ਪਾਓ ਇਹਦੇ ਉੱਤੇ। ਜਿਹਨੇ ਤੁਹਾਡੇ ਗੁਰੂ ਨਾਨਕ ਸਾਹਿਬ ਨੂੰ ਬੁਰਾ ਪੱਲਾ ਆਖਿਆ ਪਹਿਲੇ ਉਹਦੀ ਗੱਲ ਕਰੋ। ਰੱਬ ਦਾ ਬੰਦਾ ਪਲੀਜ਼ ਸਾਡੇ ਧਰਮ ਨੂੰ ਟਾਰਗੇਟ ਕਰ ਰਹੇ ਆ, ਅਸੀਂ ਉਹਨਾਂ ਦੇ ਲਾਂਤ ਤਾਂ ਬੇਸ਼ੁਮਾਰ ਲਾਂਤ ਤਾਂ ਪਾਉਣੇ ਯਾਰ। ਇੱਕ ਸੈਕਿੰਡ ਮੁਫਤੀ ਸਾਹਿਬ, ਇੱਕ ਸੈਕਿੰਡ ਪਲੀਜ਼ ਮਿਊਟ ਕਰਾਓ ਸਾਰੇ। ਯਾਰ ਇੱਕ ਸੈਕਿੰਡ ਯਾਰ ਪਲੀਜ਼, ਮੈਂ ਲਾਨਤ ਪਾਣ ਲੱਗਾ ਜ਼ਰਾ ਇੱਕ ਮਿੰਟ, ਮੈਂ ਪਾਣ ਲੱਗਾ ਇੰਜ ਲਾਨਤ ਪਾਈ ਦੀ ਹੈ ਉਹ, ਮੈਂ ਮਿਰਜ਼ੇ ਕਾਦੀਆਨੀ ਨੂੰ ਖੰਜ਼ੀਰ ਹਰਾਮ ਜ਼ਾਦਾ ਕੁੱਤਾ ਕਮੀਨਾ ਦੁਨੀਆ ਦਾ ਬਦਤਰੀਨ ਮਖਲੂਕ ਸਮਝਣਾ। ਉਰਦੂ ਚ ਕਿਹਾ ਸਾਨੂੰ, ਉਰਦੂ ਚ ਨਹੀਂ ਕਹਿਣਾ ਸੀ, ਪੰਜਾਬੀ ਚ ਰੱਬ ਦੀ ਲਾਨਤ ਕਹਿੰਦੇ ਹੋ? ਪੰਜਾਬੀ ਚ ਕਹਿ ਦੋ, ਪੰਜਾਬੀ ਚ ਕਹਿ ਦੋ। ਮੈਂ ਕਹਿ ਰਿਹਾ ਜੀ ਲੱਖ ਦੀ ਲਾਨਤ, ਕਰੋੜਾਂ ਲਾਨਤ, ਟਰੱਕ ਭਰ ਭਰ ਕੇ ਲਾਨਤ ਉਹਦੇ ਸਿਰ ਚ। ਮਿਰਜ਼ਾ ਖੰਜ਼ੀਰ ਮਿਰਜ਼ਾ ਕਾਦੀਆਨੀ ਖੰਜ਼ੀਰ
ਮੁਫਤੀ ਮੇਰਾ ਕਬੂਲ ਹੈ, ਮੇਰਾ ਕਬੂਲ ਹੈ, ਮੁਫਤੀ ਜੀ ਮੇਰਾ ਕਬੂਲ ਹੈ, ਮੇਰਾ ਕਬੂਲ ਹੈ। ਅੱਛਾ ਗੱਲ ਸੁਣੋ, ਠਹਿਰੋ ਯਾਰ, ਅੱਛਾ ਠਹਿਰੋ, ਰੁਕੋ ਰੁਕੋ, ਮੁਫਤੀ ਸਾਹਿਬ ਇੱਕ ਸੈਕਿੰਡ ਰੁਕੀ, ਸਰਦਾਰ ਜ਼ਿੰਦਾਬਾਦ, ਸਰਦਾਰ ਜ਼ਿੰਦਾਬਾਦ। ਅੱਛਾ ਪਤਾ ਕੀ ਹੋ ਰਿਹਾ, ਥੈਂਕ ਯੂ ਥੈਂਕ ਯੂ ਥੈਂਕ ਯੂ, ਗੱਲ ਸੁਣੋ ਬਾਈ, ਸਾਰੇ ਗੱਲ ਸੁਣੋ ਬਾਈ, ਓਏ ਗੱਲ ਇੰਜੀ ਏ ਕੇ ਸ਼ਾਹਿਦ ਤੇ ਮੈਂ ਜਾਂ ਦੀਗਰ ਸਾਡੇ ਭਰਾ ਇਹੋ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਪੰਜਾਬੀਆਂ ਨੂੰ ਆਪਸ 'ਚ ਲੜਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਸਾਡੇ ਪੰਜਾਬੀਆਂ ਦੇ ਆਪਸ 'ਚ ਕੋਈ ਮਸਲਾ ਨਹੀਂ, ਰੱਤੀ ਬਰਾਬਰ ਵੀ ਨਹੀਂ, ਅਸੀਂ ਸਦੀਆਂ ਤੋਂ ਇਕੱਠੇ ਰਹਿ ਰਹੇ ਹਾਂ ਅਤੇ ਸਾਡੇ ਆਪਸ 'ਚ ਭਾਈ ਬੰਦੀ ਏ ਮਾਮਲਾਤ ਨੇ, ਇੱਥੇ ਪਾਕਿਸਤਾਨ ਦਾ ਪੰਜਾਬ ਹੋਏ ਜਾਂ ਇੰਡੀਆ ਦਾ ਪੰਜਾਬ ਹੋਏ, ਦੋਵੇਂ ਜਗ੍ਹਾ ਸਾਡੇ ਸਾਂਝ ਏ। ਤੇ ਕੋਈ ਇਹ ਨਾ ਇੱਕ ਇੱਕ ਤੀਜੀ ਪਾਰਟੀ ਸਾਡੇ ਵਿੱਚ ਆ ਗਈ ਏ, ਉਹ ਉਹਨੇ ਕਾਦੀਆਨੀ, ਹਾਂਜੀ ਛੇਤੀ ਖਤਮ ਹੋਈ ਨੀ, ਕੋਈ ਨੀ, ਉਹ ਜ਼ਿਆਦਾ ਟਾਈਮ ਨਹੀਂ ਰਹਿਣੀ ਭਾਈ ਸਾਹਿਬ, ਜ਼ਿਆਦਾ ਟਾਈਮ ਨਹੀਂ ਰਹਿਣੀ ਉਹ, ਹੁਣ ਅਸੀਂ ਇੰਡੀਆ ਚ ਰਹਿੰਦੇ, ਪੰਜਾਬ ਚ ਸਾਨੂੰ ਉੱਥੇ ਪਤਾ ਨੀ ਵੀ ਕਾਦੀਆਂ ਨੀ ਕਿਹੜੇ, ਪਤਾ ਵਧੇ ਉਹਨਾਂ ਦੇ ਲਾਂਤਾ ਪਾਈਏ, ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ, ਤੁਸੀਂ ਹੁਣ ਪਤਾ ਲੱਗਾ। ਅੱਛਾ ਹੁਣ ਮੇਰੀ ਗੱਲ ਸੁਣੋ, ਦੇਖੋ ਪਤਾ ਕੀ ਗੱਲ ਹੈ ਸਰਦਾਰ ਜੀ, ਇਹ ਮੈਂ ਗੱਲ ਫਿਰ ਇੱਕ ਵਾਰੀ ਰਿਪੀਟ ਕਰਨ ਲੱਗਾ ਕਿ ਇਹ ਜਿਹੜਾ ਗਿੱਲ ਸਿੰਘ ਆ ਕੇ ਤੇ ਜਨਾਬ ਮੁਸਲਮਾਨਾਂ ਨੂੰ ਬੁਰਾ ਭਲਾ ਕਹਿ ਰਿਹਾ ਸੀ ਨਾ, ਠੀਕ ਹੈ, ਇਹਨੂੰ ਕੋਈ ਕੁੱਤਾ ਨਹੀਂ ਸੀ ਪੁੱਛਦਾ। ਗੱਲ ਨੂੰ ਗੱਲ ਨੂੰ ਸਮਝਿਓ ਜ਼ਰਾ ਪਲੀਜ਼, ਠੀਕ ਹੈ, ਪੂਰੀ ਗੱਲ ਸੁਣੀਓ, ਪੂਰੀ ਗੱਲ ਸੁਣੀ, ਸਾਡੇ ਬੰਦਿਆਂ ਨੇ ਫੇਮ ਦਿੱਤਾ, ਜਦੋਂ ਉਹਨੂੰ ਉਹ ਕੋਈ ਕੁੱਤਾ ਨਹੀਂ ਸੀ ਨਾ ਪੁੱਛਦਾ, ਉਦੋਂ ਇਹ ਮਰਜ਼ਈਆਂ ਦੀ, ਕਿਉਂਕਿ ਅਸੀਂ ਇੱਥੇ ਮਰਜ਼ਈਆਂ ਦੇ ਖਿਲਾਫ਼ ਬੈਠੇ ਹਾਂ, ਠੀਕ ਹੈ, ਮੈਂ ਕਿਸੇ ਮਜ਼ਹਬ ਦੇ ਖਿਲਾਫ਼ ਗੱਲ ਨਹੀਂ ਕਰਦਾ, ਈਵਨ ਇੱਥੋਂ ਤੱਕ ਕਿ ਯਹੂਦੀ ਜਿਹੜੇ ਨੇ ਸਾਡੇ ਬਦਤਰੀਨ ਦੁਸ਼ਮਣ ਨੇ, ਠੀਕ ਹੈ, ਲੇਕਿਨ ਮੈਂ ਉਹਨਾਂ ਨੂੰ ਹੀ ਬੁਰਾ ਭਲਾ ਸਿਰਫ ਉਹਨਾਂ ਨੂੰ ਕਹਿੰਦਾ, ਉਹਨਾਂ ਦੇ ਮਜ਼ਹਬ ਨੂੰ ਨਹੀਂ ਕਹਿੰਦਾ, ਠੀਕ ਹੈ। ਇਹ ਕਾਦਿਆਨੀ ਇੱਕ ਐਸਾ ਫਿਤਨਾ ਵੇ ਕਿ ਜਿਹੜਾ ਆ ਕੇ ਨਾ ਤੇ ਜਨਾਬ ਸਾਡੇ ਭੋਲੇ ਭਾਲੇ ਮੁਸਲਮਾਨਾਂ ਨੂੰ ਚੇਂਜ ਕਰਦਾ ਪਿਆ ਆਪਣੇ ਦੇ ਵਿੱਚ, ਮੈਂ ਉਹਨਾਂ ਦੀ ਖਾਤਰ ਉਹ ਆਪਣੇ ਇਸਲਾਮ ਵਾਸਤੇ ਡਿਫੈਂਡ ਕਰਨ ਬੈਠਾ ਤਾ, ਮੇਰਾ ਕੋਈ ਤਲਕ ਨਹੀਂ ਹੈ ਕਿਸੇ ਮਜ਼ਹਬ ਨੂੰ ਟਾਰਗੇਟ ਕਰਨਾ ਜਾਂ ਇਹ ਕਰਨਾ ਵੋ ਕਰਨਾ। ਇੱਕ ਮਹੀਨੇ ਪਹਿਲੇ ਇੱਕ ਸ਼ਖਸ ਆਉਂਦਾ ਜਿਹਦਾ ਨਾਂ ਐਸ ਜੀ ਗਿੱਲ ਏ, ਠੀਕ ਹੈ, ਉਹ ਲਾਈਵ ਆਨ ਕਰਕੇ ਤੇ ਗਰੂਮਿੰਗ ਦਾ ਨਾਂ ਸਿੰਘ ਗਿੱਲ, ਉਹ ਜਨਾਬ ਗਰੂਮਿੰਗ ਦਾ ਨਾਂ ਲੈ ਕੇ ਸ਼ੁਰੂ ਕਰਦਾ ਵੇ ਤੇ ਜਨਾਬ ਪੂਰੀ ਪੰਜਾਬੀਆਂ ਨੂੰ ਨਾ ਇਹ ਪ੍ਰਚਾਰ ਕਰਦਾ ਕਿ ਮੁਸਲਮਾਨਾਂ ਦਾ ਬਾਈਕਾਟ ਕਰੋ, ਉਹਨੂੰ ਕੋਈ ਨਹੀਂ ਪੁੱਛਦਾ, ਜਨਾਬ ਕਾਦਿਆਨੀ ਵਿੱਚ ਇਨਵੋਲਵ ਹੁੰਦੇ ਨੇ ਤੇ ਅੱਜ ਹਰ ਪਾਸੇ ਅੱਗ ਲੱਗ ਜਾਂਦੀ ਹੈ। ਇਸ ਵਾਸਤੇ ਟਿਕਟੋਕ ਤੇ ਸਟਾਰ ਬਣ ਜਾਂਦਾ ਹੈ, ਗੱਲ ਇਹੀ ਹੈ। ਇਸ ਵਾਸਤੇ ਤੁਹਾਨੂੰ ਇੱਕ ਅਰਜ਼ ਕਰ ਰਿਹਾ ਕਿ ਪੰਜਾਬੀ ਸਾਰੇ ਹੀ ਚੜ੍ਹਦੇ ਪੰਜਾਬ ਨੂੰ ਤੇ ਲਹਿੰਦੇ ਪੰਜਾਬ ਨੂੰ, ਠੀਕ ਹੈ, ਜੇ ਸਮਝਦੇ ਹੋ ਤੇ ਸਮਝੋ ਇਸ ਚੀਜ਼ ਨੂੰ, ਹੁਣ ਵੀ ਜਾ ਕੇ ਦੇਖ ਲਵੋ ਉਹਨਾਂ ਦੀਆਂ ਬਰਾਡਾਂ ਦੇ ਉੱਤੇ ਮੁਸਲਮਾਨਾਂ ਦੇ ਖਿਲਾਫ਼ ਗੱਲਾਂ ਹੋ ਰਹੀਆਂ ਇਸਲਾਮ। ਅੱਛਾ ਹੁਣ ਉਹ ਮੁਸਲਮਾਨ ਆਪਣੇ ਆਪ ਨੂੰ ਕਹਿੰਦੇ ਨੇ ਤੇ ਜਿਹੜਾ ਬੰਦਾ ਪਿਆ ਮੁਸਲਮਾਨ ਨੂੰ ਬੁਰਾ ਭਲਾ ਕਹਿੰਦਾ ਵੇ ਉਹਨਾਂ ਦੀਆਂ ਬਰਾਡਾਂ ਤੇ ਬਹਿ ਕੇ, ਤੇ ਉਹ ਕਿਹੋ ਜਿਹਾ ਮੁਸਲਮਾਨ ਹੈ? ਇੱਥੇ ਗਿੱਲ ਸਾਹਿਬ ਤੁਸੀਂ ਮੇਰੇ ਨਾਲ ਅੱਜ ਜੁੜੇ ਹੋ, ਉਹ ਉਤਲੇ ਭਰਾ ਜਿਹੜੇ ਨੇ, ਮੈਨੂੰ ਉਹਨਾਂ ਦਾ ਨਾਂ ਨੀ ਪਤਾ, ਮੇਰੇ ਤੋਂ ਕਮ ਸੇ ਕਮ 2 ਦਿਨ ਤੋਂ ਮੇਰੇ ਨਾਲ ਨੇ, ਠੀਕ ਹੈ, ਹਰਜਿੰਦਰ ਸਿੰਘ ਮੇਰਾ ਨਾਂ ਜੀ, ਹਰਜਿੰਦਰ ਸਿੰਘ ਰੱਬ ਦੇ ਬੰਦੇ ਰੱਖੇ, ਹਾਂਜੀ ਸਹੀ ਹੈ। ਤੁਸੀਂ ਮੈਨੂੰ ਇਹ ਦੋਵੇਂ ਗੱਲ ਦੱਸੋ ਕਿ ਜਿੰਨੀ ਦੇਰ ਦੇ ਵੀ ਤੁਸੀਂ ਮੇਰੇ ਕੋਲ ਬੈਠੇ ਹੋ, ਕਦੀ ਮੇਰੇ ਮੂੰਹ ਚੋਂ ਜਾਂ ਸਾਡੇ ਕਿਸੇ ਵੀ ਬੰਦੇ ਮੂੰਹ ਚੋਂ ਕਿਸੇ ਬੰਦੇ ਨੇ ਵੀ ਮਜ਼ਹਬ ਦੀ ਗੱਲ ਕੀਤੀ ਹੋਈ ਜਾਂ ਕੋਈ ਡਿਸਰਿਸਪੈਕਟ ਕੀਤੀ ਹੋਈ ਕਿਸੇ ਦਾ? ਵਾਹਿਗੁਰੂ ਭਾਜੀ, ਮੈਂ ਕੱਲ ਵੀ ਤੁਹਾਡੀ ਬਰੋਡ ਤੇ ਆਇਆ ਸੀ, ਅੱਜ ਵੀ ਤੁਹਾਡੀ ਬਰੋਡ ਤੇ ਆਉਂਦੇ ਆ, ਬਹੁਤ ਵਧੀਆ ਤੁਹਾਡੀ ਬਰੋਡ ਤੇ ਮੈਂ ਤਾਂ ਹੀ ਆਇਆ ਕਿ ਧਰਮ ਦੀ
ਧਰਮ ਦੇ ਖਿਲਾਫ ਗੱਲ ਨਹੀਂ ਹੋ ਰਹੀ। ਗਿੱਲ ਭਾਈ ਤੇ ਦੂਜਾ ਇੱਕ ਹੋਰ ਕੋਈ ਸਿੰਘ ਭਾਈ ਨੇ ਕੌਣ ਨੇ ਮੈਨੂੰ ਨਹੀਂ ਪਤਾ। ਅੱਛਾ ਅੱਛਾ ਗੱਲ ਇਹ ਵੇ ਕਿ ਮੈਂ ਨਾ ਹੁਣ ਇੰਜ ਕਰੋ, ਅਸੀਂ ਦੋਵੇਂ ਭਰਾ ਰਲ ਕੇ ਨਾ ਅਸੀਂ ਮੰਜੀ ਠੋਕਨੇ ਆ ਕਾਦੀਆਨੀਆਂ ਦੀ, ਤੇ ਤੁਸੀਂ ਤੁਹਾਨੂੰ ਚਾਹੀਦਾ ਸਾਡਾ ਸਾਥ ਦਿਓ ਤੇ ਹਾਂ ਬਿਲਕੁਲ ਠੀਕ ਹੈ। ਤੇ ਉਹ ਇਹ ਵੇ ਕਿ ਇਹਨੇ ਜੋ ਜੋ ਬਗੈਰਤੀ ਕੀਤੀ ਹੈ ਨਾ ਆਪਣੀਆਂ ਕਿਤਾਬਾਂ ਦੇ ਵਿੱਚ, ਤੇ ਇਹਦੀ ਇਹਨਾਂ ਮੰਜੀ ਠੋਕਨੇ ਆ ਦੋਵੇਂ ਭਰਾ ਰਲ ਕੇ, ਤੇ ਕਿਆ ਤੁਸੀਂ ਸਾਥ ਦਿਓਗੇ ਕਿ ਨਹੀਂ ਦਿਓਗੇ? ਸਿਲਸਿਲਾ ਸ਼ੁਰੂ ਕਰੀਏ ਤੇ ਕਾਦੀਆਨੀਆਂ ਦੀ ਹਕੀਕਤ ਦੁਨੀਆਂ ਨੂੰ ਦੱਸੀਏ ਕਿ ਇਹਨਾਂ ਦੀ ਹਕੀਕਤ ਹੈ ਕੀ। ਇਹਨਾਂ ਨੇ ਹਰ ਮਜ਼ਹਬ ਨੂੰ ਟਾਰਗੇਟ ਕੀਤਾ ਤੇ ਇਹ ਮਜ਼ਹਬ ਨੂੰ ਆਪਸ ਚ ਲੜਾਉਣ ਵਾਸਤੇ ਇਹ ਸਾਜ਼ਿਸ਼ਾਂ ਕਰਦੇ ਹੀ ਰਹਿੰਦੇ ਨੇ ਨਿਤ, ਤੁਸੀਂ ਕੱਲ ਉਸ ਬੰਦੇ ਦੀ ਉਸ ਸ਼ਖਸ ਦੀ ਬਰਾਡ ਤੇ ਗਏ ਸੋ, ਥੋੜਾ ਜਿਹਾ ਪਲੀਜ਼ ਆਪਣੇ ਪੰਜਾਬੀਆਂ ਨੂੰ ਦੱਸੋ ਕਿ ਉੱਥੇ ਕੀ ਹੋਇਆ ਸੀ। ਅੱਛਾ ਗੱਲ ਹੈ ਵੀ ਇੱਕ ਮਿੰਟ ਥੋੜ੍ਹਾ ਜਿਹਾ ਮੈਂ ਦੱਸ ਦਿਆਂ, ਹੁਣ ਬਾਬਾ ਗੁਰੂ ਨਾਨਕ ਸਾਹਿਬ ਇੱਕ ਐਸੀ ਸ਼ਖਸੀਅਤ ਨੇ ਕਿ ਜਿਹੜੇ ਮੁਸਲਮਾਨ ਵੀ ਉਹਨਾਂ ਨੂੰ ਮੰਨਦੇ ਨੇ ਤੇ ਸਿੱਖ ਵੀ ਮੰਨਦੇ ਨੇ ਤੇ ਬਾਅਦ ਹਿੰਦੂ ਵੀ ਮੰਨਦੇ ਨੇ। ਹੁਣ ਮਤਲਬ ਇਹ ਵੀ ਕਿ ਬਾਬਾ ਸਾਹਿਬ ਦੀ ਸ਼ਖਸੀਅਤ ਹੀ ਐਸੀ ਸੀ ਕਿ ਸਾਡੇ ਵੱਡੇ ਵੱਡੇ ਉਲਮਾ ਇਕਰਾਮ ਨੇ ਉਹਨਾਂ ਦੇ ਉੱਤੇ ਬਕਾਇਦਾ ਕਿਤਾਬਾਂ ਵੀ ਲਿਖੀਆਂ, ਉਹ ਆਉਂਦੇ ਨੇ ਨਹੀਂ ਜੀ ਉਹ ਮੁਸਲਮਾਨ ਸਨ, ਠੀਕ ਹੈ ਜੀ। ਬਲਕਿ ਉਹਨਾਂ ਦਾ ਜਿਹੜਾ ਚੋਲਾ ਸਾਹਿਬ ਸੀ, ਚੋਲਾ ਸਾਹਿਬ ਦੇ ਜਿਨ੍ਹਾਂ ਦੇ ਹੁਣ ਚੋਲਾ ਸਾਹਿਬ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਚੋਲਾ ਸਾਹਿਬ ਦੇ ਸਿੱਖਾਂ ਨੇ ਅੱਜ ਤੱਕ ਨਹੀਂ ਵੇਖਿਆ ਉਹਨਾਂ ਨੂੰ। ਉਹਨਾਂ ਨੇ ਕੱਪੜਿਆਂ ਦੇ ਵਿੱਚ ਲਪੇਟ ਕੇ ਕੋਈ ਤਕਰੀਬਨ 300 ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਹੈ, ਜਦਕਿ ਮਿਰਜ਼ੇ ਕਾਦੀਆਨੀ ਨੇ ਉਹ ਚੋਲਾ ਦੀ ਇੱਕ ਤਸਵੀਰ ਬਣਾ ਕੇ ਲੋਕਾਂ ਨੂੰ ਦੱਸਿਆ ਜੀ ਉਹ ਚੋਲਾ ਤੇ ਅਸਲ 'ਚ ਮੈਨੂੰ ਦਿੱਤਾ ਗਿਆ। ਅੱਛਾ ਉਹ ਚੋਲਾ ਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਨੇ, ਸੂਰਾ ਫਾਤਿਹਾ ਲਿਖੀ ਹੈ, ਕਲਮਾ ਸ਼ਰੀਫ ਲਿਖਿਆ ਹੈ, ਉਹਦੇ 'ਤੇ ਹੋਰ ਵੀ ਚੀਜ਼ਾਂ ਇੰਜ ਦੀਆਂ ਮੁਕੱਦਸ। ਅਤੇ ਬਾਬਾ ਸਾਹਿਬ ਦੇ ਨਜ਼ਦੀਕ ਉਹ ਉਹਨਾਂ ਨੂੰ ਬਗਦਾਦ ਸ਼ਰੀਫ ਤੋਂ ਜਦੋਂ ਸਫ਼ਰ 'ਚ ਗਏ ਸਨ ਤੇ ਚਿੱਲੇ ਕੱਟ ਰਹੇ ਸਨ, ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਅੱਲਾ ਦੇ ਵਲੀ ਦੀ ਤਰਫੋਂ ਉਹਨਾਂ ਨੂੰ ਇਹ ਮਿਲਿਆ ਸੀ। ਅਤੇ ਸਿੱਖ ਧਰਮ ਦੇ ਵਿੱਚ ਉਹ ਬੜੀ ਮੁਕੱਦਸ ਚੀਜ਼ ਹੈ ਅਤੇ ਅਸੀਂ ਵੀ ਉਹਦਾ ਇਹਤਰਾਮ ਕਰਨੇ ਹਾਂ। ਤੇ ਗੱਲ ਇਹ ਵੇ ਕਿ ਇਹ ਜਿਹੜੀ ਥਰਡ ਪਾਰਟੀ ਨਾ ਵਿੱਚ ਕਾਦੀਆਨੀ, ਇਹ ਜੇ ਅਸਲ 'ਚ ਫਿਤਨੇ ਦਾ ਬਾਇਸ ਸਾਡੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ 'ਚ ਕੋਈ ਰੌਲਾ ਹੀ ਕੋਈ ਨਹੀਂ ਹੈ। ਹਾਂਜੀ ਚਲੋ ਇੱਕ ਗੱਲ ਦੱਸੋ ਮੈਨੂੰ, ਜਿਹੜੇ ਕਾਦੀਆਨੀ ਨੇ ਕੁਰਾਨ ਸ਼ਰੀਫ ਨੂੰ ਨਹੀਂ ਮੰਨਦੇ ਜੀ? ਜੀ ਮੈਂ ਭਾਈ ਜੀ ਮੇਰੇ ਭਾਈ ਦੱਸਣਾ ਵਾ, ਦੇਖੋ ਇਹ ਇੰਝ ਹੀ ਹੈ ਕਿ ਗ੍ਰੰਥ ਸਾਹਿਬ ਦੇ ਬਾਰੇ ਮੈਂ ਕਹਿੰਦਾ ਵਾਂ, ਮੈਂ ਹਾਲਾਂਕਿ ਮੁਸਲਮਾਨ ਹਾਂ, ਮੈਂ ਕਹਿੰਦਾ ਜੀ ਮੈਂ ਗ੍ਰੰਥ ਨੂੰ ਮੰਨਣਾ ਵਾਂ। ਇੱਕ ਮੈਂ ਸੁਣਿਆ ਜੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਜੀ, ਮੈਂ ਕਹਿੰਦਾ ਵਾਂ ਕਿ ਮੈਂ ਗ੍ਰੰਥ ਨੂੰ ਮੰਨਣਾ ਵਾਂ, ਔਰ ਮੈਂ ਕਹਿੰਦਾ ਵਾਂ ਕਿ ਉਹ ਗ੍ਰੰਥ ਜਿਹੜੀ ਹੈ ਨਾ ਇਹ ਸ਼ਾਹਿਦ ਸਾਹਮਣੇ ਬੈਠਾ ਇਹਦੇ ਉੱਤੇ ਨਾਜ਼ਲ ਹੋਈ ਹੈ, ਇਹ ਇਹਦੀ ਹੈ ਕਿ ਕਿਆ ਤੁਸੀਂ ਮੰਨ ਲਓਗੇ? ਇਹ ਜੇ ਕਾਦੀਆਨੀਅਤ ਉਹ ਆਉਂਦੇ ਨੇ ਕੁਰਾਨ ਨੂੰ ਤੇ ਅਸੀਂ ਮੰਨਨੇ ਆ, ਲੇਕਿਨ ਇਹ ਕੁਰਾਨ ਜਿਹੜਾ ਵੇ ਇਹ ਮਿਰਜ਼ੇ ਕਾਦੀਆਨੀ ਦੇ ਉੱਤੇ ਨਾਜ਼ਲ ਹੋਇਆ।
ਉਹ ਯਾਰ ਪਤਾ ਕੀ ਚੱਕਰ ਰੱਬ ਦੇ ਬੰਦੇ ਵੀਰ, ਉਹ ਆਂਦੇ ਵੀ ਨਬੀ ਵੀ ਸਾਡੇ ਸਾਹਮਣੇ ਕੁਛ ਨਹੀਂ ਹੈ ਨਾ ਜੀ, ਨਬੀ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਮੁਹੰਮਦ, ਉਹ ਜਿਹੜਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਨ੍ਹਾਂ ਨੂੰ ਮੁਸਲਮਾਨ ਆਪਣਾ ਨਬੀ ਮੰਨਦੇ ਨੇ, ਉਹ ਆਂਦੇ ਨੇ ਮੁਹੰਮਦ ਮਿਰਜ਼ਾ ਕਾਦੀਆਨੀ ਹੈ। ਹਾਂ ਵੀ ਉਹ ਸਾਡਾ ਵਾ ਇਦਾਂ ਕਹਿੰਦੇ, ਹੁਣ ਗੱਲ ਸਮਝਿਓ, ਉਹ ਜਿਹੜਾ ਕਲਮਾ ਪੜ੍ਹਦੇ ਨੇ ਨਾ ਲਾ ਇਲਾਹਾ, ਜਿਹੜਾ ਕਹਿੰਦੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਲਾ, ਉਹਦੇ ਵਿੱਚ ਅੱਲਾਹ ਤੋਂ ਮੁਰਾਦ ਵੀ ਮਿਰਜ਼ਾ ਕਾਦੀਆਨੀ ਨੂੰ ਲੈਂਦੇ ਨੇ ਤੇ ਮੁਹੰਮਦ ਤੋਂ ਮੁਰਾਦ ਵੀ ਮਿਰਜ਼ਾ ਕਾਦੀਆਨੀ ਨੂੰ ਲੈਂਦੇ ਨੇ। ਅੱਛਾ ਇਹ ਜਿਹੜੀ ਮੁਫਤੀ ਸਾਹਿਬ ਨੇ ਗੱਲ ਕੀਤੀ ਨਾ ਚੋਲਾ ਸਾਹਿਬ ਦੀ, ਠੀਕ ਹੈ, ਇਹ ਉਹੀ ਕਿਤਾਬ ਜੇ ਇਹ ਦੇਖ ਲਓ, ਇਹ ਖੋਤੀ ਮਾਂ ਦੇ ਬੱਚੇ ਨੇ ਉਹ ਚੋਲਾ ਸਾਹਿਬ ਦੀ ਡਰਾਇੰਗ ਕਰਕੇ ਆਪਣੀ ਕਿਤਾਬ 'ਚ ਰੱਖਿਆ ਤਾ ਜੀ, ਠੀਕ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਹੀਂ ਹੋਰ ਹੈ ਕਿਆ ਸੂ ਕਿ ਇਹ ਚੋਲਾ ਮੈਨੂੰ ਮਿਲੇ ਹੈ ਚੋਲਾ ਸਾਹਿਬ, ਇਹ ਉੱਤੇ ਮੁਫਤੀ ਸਾਹਿਬ ਹੈ ਜ਼ਰਾ ਇਹਦੀ ਇਹ ਤਾਰੀਖ ਦੱਸ ਰਿਹਾ, ਤਾਰੀਖ ਦੱਸ ਰਿਹਾ ਦੋਸਤੋ, ਜ਼ਰਾ ਤਵੱਜੋ ਕਰਿਆ, ਬੜਾ ਵੱਡਾ ਸਵਾਲ ਮੈਂ ਰੱਖ ਰਿਹਾ, ਠੀਕ ਹੈ, ਮੁਫਤੀ ਸਾਹਿਬ ਤੁਹਾਨੂੰ ਸਮਝਾ ਰਹੇ ਨੇ ਕਿ ਕਾਦੀਆਨੀ ਨੇ ਕੀ ਗੁਸਤਾਹੀ ਕੀਤੀ, ਕੀ ਨਹੀਂ, ਕੀ ਕੁਛ ਨਹੀਂ ਕਿਤਾਬ ਦੇ ਵਿੱਚ ਲਿਖਿਆ, ਦੂਜੀਆਂ ਬਰਾਡਾਂ ਦੇ ਉੱਤੇ ਜਨਾਬ ਮੁਫਤੀ ਸਾਹਿਬ ਦੇ ਖਿਲਾਫ ਪ੍ਰੋਪੋਗੰਡਾ ਸ਼ੁਰੂ ਹੋ ਗਿਆ, ਠੀਕ ਹੈ, ਗਿੱਲ ਸਾਹਿਬ ਨੇ ਜਾਂ ਦੂਸਰੇ ਭਰਾ ਸਨ ਉਹਨਾਂ ਇਤਰਾਜ਼ ਉਠਾਇਆ ਕਿ ਸਾਡੀ ਗ੍ਰੰਥ ਸਾਹਿਬ ਤੁਹਾਡੇ ਕੋਲ ਕਿਉਂ ਹੈ, ਠੀਕ ਹੈ, ਇੱਕ ਹਰ ਇੱਕ ਜਿਹੜਾ ਸਟੂਡੈਂਟ ਹੁੰਦਾ ਨਾ ਜਿਹਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ, ਉਹ ਹਰ ਪੜ੍ਹਨ ਦਾ ਵੀ ਸ਼ੌਕ ਹੁੰਦਾ ਹੈ, ਇਸ ਸਾਰਿਆਂ ਧਰਮਾਂ ਦੇ ਸਾਂਝਾ ਗੁਰੂ ਗ੍ਰੰਥ ਸਾਹਿਬ ਸੀ, ਸਾਰੇ ਧਰਮ ਹੁਣ ਜੇ ਇੱਥੇ ਮੈਂ ਇੱਕ ਪੁਆਇੰਟ ਉਠਾ ਦਾਂ, ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਕਿ ਸਭ ਦਾ ਮਜ਼ਹਬ ਸਾਂਝਾ, ਠੀਕ ਹੈ, ਹਰ ਬੰਦਾ ਇੱਕ ਦੂਜੇ ਦੀ ਰਿਸਪੈਕਟ ਕਰੇ, ਪਿਆਰ ਮੁਹੱਬਤ ਨਾਲ ਰਵੇ, ਤੇ ਜੇ ਮੁਫਤੀ ਸਾਹਿਬ ਨੂੰ ਸ਼ੌਕ ਹੈ ਕਿਤਾਬਾਂ ਪੜ੍ਹਨ ਦਾ, ਤੇ ਜੇ ਬਾਬਾ ਸਾਹਿਬ ਤੁਹਾਡੀ ਜਿਹੜੀ ਗੁਰੂ ਗ੍ਰੰਥ ਸਾਹਿਬ ਕਿਤਾਬ ਹੈ ਉਹ ਜੇ ਮੁਫਤੀ ਸਾਹਿਬ ਨੇ ਆਪਣੇ ਕੋਲ ਰੱਖ ਕੇ ਤੇ ਪੜ੍ਹਨੀ ਹੈ, ਤੇ ਉਹਦੇ 'ਚ ਕੋਈ ਜੁਰਮ ਕੀਤਾ, ਜਾਂ ਫਿਰ ਜਾਂ ਤੇ ਹੋਏ ਨਾ ਕੋਈ ਬੰਦਾ ਕੋਈ ਡਿਸਰਿਸਪੈਕਟ ਕਰਦਾ, ਹੁਣ ਜਿੱਥੇ ਸਾਡਾ ਕੁਰਾਨ ਪਿਆ ਦਵੇ ਉੱਥੇ ਹੀ ਗੁਰੂ ਗ੍ਰੰਥ ਪਈ ਦੀ, ਤੇ ਉਹਦੇ 'ਚ ਕੋਈ ਉਹਦੇ ਵਿੱਚ ਕੋਈ ਤੁਹਾਡੇ ਗੁਰੂ ਗ੍ਰੰਥ ਦੀ ਕੋਈ ਡਿਸਰਿਸਪੈਕਟ ਹੋ ਗਈ। ਨਹੀਂ ਨਹੀਂ ਚਲੋ ਉੱਚੀ ਜਗ੍ਹਾ ਰੱਖਿਆ ਆਪਣੇ ਤੋਂ, ਵਧੀਆ ਗੱਲ ਆ, ਇੱਕ ਗੱਲ ਤੁਹਾਨੂੰ ਤੇ ਫਖਰ ਹੋਣਾ ਚਾਹੀਦਾ, ਤੁਹਾਨੂੰ ਤੇ ਗਿੱਲ ਸਾਹਿਬ ਫਖਰ ਹੋਣਾ ਚਾਹੀਦਾ ਕਿ ਤੁਹਾਡੀ ਮਜ਼ਹਬ ਦੀ ਕਿਤਾਬ ਜਿਹੜੀ ਹੈ ਕੋਈ ਬਗੈਰ ਬਗੈਰ ਕੋਈ ਸਿੱਖ ਪੜਦਾ ਸਿੱਖ ਨਹੀਂ ਹੈ ਤੇ ਉਹ ਵੀ ਪੜਦਾ ਪਿਆ। ਜੀ ਜੀ ਫਖਰ ਆ ਮੈਨੂੰ ਫਖਰ ਆ, ਪਰ ਮੈਂ ਇਹ ਗੱਲ ਕੀ ਕਹਿੰਦੇ ਇਥੋਂ ਸਾਬਤ ਨਹੀਂ ਮੁਫਤੀ ਸਾਹਿਬ ਇੱਕ ਸੈਕਿੰਡ ਇੱਥੇ ਇੱਥੇ ਨਾ ਪਤਾ ਕੀ ਸਾਬਤ ਹੁੰਦਾ, ਸ਼ਾਹਿਦ ਇੱਕ ਮਿੰਟ ਬਾਈ ਸ਼ਾਹਿਦ, ਓਏ ਮੇਰਾ ਵੀਰ ਤੁਹਾਨੂੰ ਪਤਾ ਨਹੀਂ ਇਹ ਸਾਡੇ ਕਈ ਤੁਹਾਡੇ ਤੁਹਾਡੇ ਗੁਰੂ ਸਿੱਖਾਂ ਦੇ ਗੁਰੂ ਮੇਰੇ ਦੋਸਤ ਨੇ, ਇੱਕ ਅਰਸੇ ਤੋਂ ਅਸੀਂ ਲੱਲ ਕੇ ਇਹ ਫੇਸਬੁੱਕ ਦੇ ਉੱਤੇ ਮੇਰਾ ਵੀਰ ਗੁਰੂ ਤੋਂ ਮੁਰਾਦ ਹੈ, ਮੈਂ ਲੈ ਰਿਹਾ ਵਾ ਯਾਨੀ ਵੱਡੇ ਲੋਕ ਸਕਾਲਰ ਆਲਿਮ ਵੱਡੇ, ਜੀ ਜੀ ਬਿਲਕੁਲ, ਤੇ ਤੁਹਾਡੇ ਜਿਹੜੇ ਵੱਡੇ ਲੋਕ ਨੇ ਨਾ ਜਿਹੜੇ ਤੁਹਾਡੇ ਵਿੱਚੋਂ ਹੀ ਤੇ ਕੋਈ ਆਲਿਮ ਹੈ ਨੇ ਕਿ ਨਹੀਂ, ਕਾਦੀਆਨੀਆਂ ਦੀ ਮੰਜੀ ਠੋਕ ਰਹੇ ਆ,
ਇਹ ਬੰਦਾ ਬੈਠਾ ਜੇ ਸਾਹਮਣੇ ਮੁਰਤਜ਼ਾ ਅਵਾਨ, ਮੁਰਤਜ਼ਾ ਅਵਾਨ ਤੁਸੀਂ ਜ਼ਰਾ ਬੋਲੋ, ਜ਼ਰਾ ਦੱਸੋ ਇਹਨਾਂ ਨੂੰ, ਇਹ ਜਿਹੜੇ ਨਵੇਂ ਨਵੇਂ ਸਿੱਖ ਭਰਾ ਆ ਰਹੇ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਹੈ ਕਿ ਅਸੀਂ ਕਿੰਨੀ ਪੁਰਾਣੀ ਜੰਗ ਲੜਨੇ ਆ ਪਏ ਅਤੇ ਰਲ ਕੇ ਲੜ ਰਹੇ ਹਾਂ। ਜੀ ਅਸਲਾਮ ਵਾਲੇਕੁਮ ਮੁਫਤੀ ਸਾਹਿਬ ਅਤੇ ਚੜ੍ਹਦੀ ਕਲਾ ਵੀਰ ਭਰਾਓ, ਸਿੰਘ ਭਰਾਓ, ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ। ਇਹ ਜਿਹੜੀ ਮੁਫਤੀ ਸਾਹਿਬ ਗੱਲ ਕਰ ਰਹੇ ਨੇ ਨਾ, ਇਹ ਉਹਨਾਂ ਨੇ ਮੈਨੂੰ ਮੁਹੱਬਤ ਨਾਲ ਕਹਿ ਦਿੱਤਾ ਹੈ, ਆਪਣੇ ਪਿਆਰ ਨਾਲ, ਮੈਂ ਗੱਲ ਕਰਨ ਜੋਗਾ ਨਹੀਂ ਹੈ, ਠੀਕ ਹੈ ਨਾ, ਕਿਉਂਕਿ ਸਾਡੇ ਵੱਡੇ ਬੈਠੇ ਨੇ, ਬਜ਼ੁਰਗ ਨੇ, ਇਹ ਮੇਰੀ ਤਸਵੀਰ ਤੋਂ ਤੱਲੇ ਸਨ ਅਤੇ ਮੈਂ ਕਿਹਾ ਸ਼ਾਇਦ ਬਾਈ ਨੂੰ ਜਿਨ੍ਹਾਂ ਦੀ ਇਹ ਬਰਾਡ ਹੈ, ਮੈਂ ਕਿਹਾ ਇਹਨਾਂ ਨੂੰ ਵੱਡੀ ਵਿੰਡੋ 'ਤੇ ਕਰ ਦਿਓ, ਅਤੇ ਮੈਂ ਨਹੀਂ, ਮੇਰੀ ਸਿਰਫ ਤਸਵੀਰ ਹੀ ਹੈ ਹਾਲਾਂਕਿ, ਅਤੇ ਮੁਫਤੀ ਸਾਹਿਬ ਨੇ ਮੁਹੱਬਤ ਕੀਤੀ ਹੈ, ਕਹਿੰਦੇ ਨੇ ਕਿ ਨਹੀਂ ਯਾਰ ਖੈਰ ਹੈ ਕੋਈ ਗੱਲ ਨਹੀਂ, ਮੈਂ ਜਿੱਥੇ ਹਾਂ ਠੀਕ ਹਾਂ। ਅਤੇ ਗੱਲ ਹੈ ਕਿ ਜਿਹੜਾ ਭਾਈਚਾਰਾ ਸਾਡੇ ਦਰਮਿਆਨ, ਸਿੰਘ ਭਰਾਵਾਂ ਦੇ ਦਰਮਿਆਨ ਸ਼ੁਰੂ ਤੋਂ ਚੱਲਿਆ ਆ ਰਿਹਾ, ਉਸਨੂੰ ਦੁਨੀਆ ਜਾਣਦੀ ਹੈ, ਹਾਂਜੀ ਹੈ ਕਿ ਨਹੀਂ? ਅਤੇ ਜਿਹੜੇ ਮੁਫਤੀ ਸਾਹਿਬ ਨੇ ਨਾ, ਮੁਫਤੀ ਮੁਬੱਸ਼ਰ ਸ਼ਾਹ ਸਾਹਿਬ ਨੀਚੇ, ਜਿਹੜੇ ਬਜ਼ੁਰਗ ਨੇ, ਅਸਾਂ ਇਹਨਾਂ ਕੋਲੋਂ ਸਿੱਖ ਕੇ ਅਤੇ ਹਾਲੇ ਵੀ ਸਿੱਖ ਰਹੇ ਹਾਂ, ਔਰ ਕੁਛ ਨਾ ਕੁਛ ਮਾਲੂਮਾਤ ਰੋਜ਼ ਮਿਲਦੀ ਹੈ ਕਾਫੀ। ਸਾਡਾ ਰਮਜ਼ਾਨ ਪਿੱਛੇ ਗੁਜ਼ਰਿਆ, ਈਦ ਹੋਈ ਹੈ ਸਾਡੀ, ਮੈਂ ਇਹਨਾਂ ਨੂੰ ਖੁਦ ਮਿਸ ਕਰ ਰਿਹਾ ਸੀ ਭਈ, ਇਹ ਕਾਫੀ ਵਿੱਚ ਵਕਫਾ ਪਾ ਕੇ ਅਤੇ ਮੁਹੱਬਤਾਂ ਪਾ ਕੇ ਅਤੇ ਪਤਾ ਨਹੀਂ ਤੁਰ ਗਏ ਨੇ ਕਿੱਥੇ, ਇਹਨਾਂ ਨੇ ਇੱਕ ਨਵਾਂ ਇਦਾਰਾ ਪਾਇਆ, ਉਹ ਸ਼ੁਰੂ ਕੀਤਾ ਇਹਨਾਂ ਨੇ, ਤਾਂ ਉੱਥੇ ਕਾਫੀ ਇਹ ਮਸਰੂਫ ਸਨ ਪਿਛਲੇ। ਮੈਂ ਕਈ ਸਾਲਾਂ ਤੋਂ ਮੁਫਤੀ ਸਾਹਿਬ ਦੀ ਇੱਕ ਕਿਸਮ ਨਹੀਂ ਅਗਰ ਮੰਨਣ ਤੇ ਸ਼ਾਗਿਰਦੀ ਚ ਹਾਂ। ਮੁਫਤੀ ਸਾਹਿਬ ਹੈ ਜੀ? ਜੀ 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 ਜੀ, ਬਿਸਮਿਲਾ ਬਿਸਮਿਲਾ ਜਾਕਲਾ, ਤੁਸੀਂ ਵੱਡੇ ਹੋ, ਤਾਂ ਵਾਸਤੇ ਅਸੀਂ ਗੱਲ ਐ ਨਹੀਂ ਕੀਤੀ, ਤੇ ਜੇ ਤੁਸੀਂ ਫਰਮਾਉਂਦੇ ਹੋ ਤੇ ਬਿਲਕੁਲ ਜੀ, ਇਹ ਸਾਡੇ ਸ਼ਾਗਿਰਦਾਂ ਚ ਸ਼ਾਮਿਲ ਜੀ। ਜਜ਼ਾਕਲਾ ਜਜ਼ਾਕਲਾ, ਬੜੀ ਮਿਹਰਬਾਨੀ। ਸ਼ਾਗਿਰਦ ਕਹਿੰਦੇ ਨੇ ਸਟੂਡੈਂਟ ਨੂੰ, ਜਿਹੜਾ ਗੁਰੂ ਹੈ ਤੇ ਗੁਰੂ ਦੇ ਜਿਹੜੇ ਅੱਗੇ ਕਹਿੰਦੇ ਨੇ, ਜਿਹੜੇ ਉਹ ਸਿੱਖਦੇ ਨੇ ਸਿਕਸ਼ਾ, ਕੀ ਕਹਿੰਦੇ ਨੇ ਗਿੱਲ ਸਾਹਿਬ ਜੀ? ਜੀ ਆਪਣਾ ਸਟੂਡੈਂਟ ਲਾ ਲਓ। ਹਾਂ ਸਟੂਡੈਂਟ ਲਾ ਲਓ, ਬੜੀ ਮਿਹਰਬਾਨੀ। ਔਰ ਤੁਸੀਂ ਜਿਸਲੇ ਕਿਹਾ ਨਾ ਕਬੂਲ ਹੈ ਕਬੂਲ ਹੈ ਕਬੂਲ ਹੈ, ਤੇ ਮੈਂ ਆਪ ਵੀ ਹੱਸ ਪਿਆ, ਫਿਰ ਨਾਰਾ ਮਾਰਿਆ ਮੁਫਤੀ ਸਾਹਿਬ ਨੇ। ਤੇ ਇਹ ਜਿਹੜੇ ਨੇ ਨਾ ਕਾਦਿਆਨੀ, ਅਹਿਮਦੀ, ਮਿਰਜ਼ਈ, ਜਿਹੜੇ ਖੁਦ ਨੂੰ ਅਹਿਮਦੀ ਕਵਾਉਂਦੇ ਨੇ, ਤੇ ਹੁਣ ਮੈਂ ਇਸ ਗੱਲ ਤੋਂ ਬੜਾ ਖੁਸ਼ ਹਾਂ, ਮੁਫਤੀ ਸਾਹਿਬ ਵੀ ਦੇਖਦੇ ਰਹਿੰਦੇ ਹੋਣੇ ਨੇ, ਲੇਕਿਨ ਹੁਣ ਜਿਹੜੇ ਤੁਹਾਡੇ ਸਿੰਘ ਭਰਾ ਨਾ, ਉਹ ਇਹ ਜਾਣਨ ਲੱਗ ਪਏ ਨੇ। ਕੱਲ੍ਹ ਇੱਕ ਮੁੰਡਾ ਹੈ, ਬੜਾ ਹੀ ਬਦਤਮੀਜ਼ ਇਹਨਾਂ ਅਹਿਮਦੀਆਂ ਵਿੱਚੋਂ, ਉਹਦਾ ਨਾਂ ਹੈ ਇਮਰਾਨ ਕਾਲੂ, ਠੀਕ ਹੈ? ਦੋ ਦਿਨ ਦੀ ਸ਼ਾਇਦ ਗੱਲ ਹੈ, ਮੈਂ ਮੌਜੂਦ ਸਾਂ ਤੇ ਇੱਕ ਤੁਹਾਡੇ ਸਿੰਘ ਭਰਾ ਨੇ ਇਹ ਕਹਿ ਕੇ ਉਹਨੂੰ ਥੱਲੇ ਲਾ ਦਿੱਤਾ ਕਿ ਯਾਰ ਤੁਹਾਨੂੰ ਤੇ ਮੁਸਲਮਾਨ ਵੀ ਨਹੀਂ ਮੰਨ ਰਹੇ, ਤੂੰ ਐਵੇਂ ਇੱਥੇ ਆ ਕੇ ਸਾਡੇ ਨਾਲ ਪੀਂਘਾਂ ਪਾਈਆਂ ਨੇ, ਗੱਲਾਂ ਸਾਨੂੰ ਸੁਣਾ ਰਹੇ ਹੈ। ਤੇ ਇਹਨਾਂ ਦੇ ਅਰਸੇ 'ਚ ਅਸੀਂ ਤੇ ਮਤਲਬ ਹੈ ਕੱਲ੍ਹ ਪਰਸੋਂ ਦੀ ਗੱਲ ਹੈ, ਲੇਕਿਨ ਮੁਫਤੀ ਸਾਹਿਬ ਅਰਸਾ ਹੀ ਦਰਾਜ਼ ਤੋਂ, ਮੇਰੇ ਹਾਲੇ ਕੋਈ ਅਰਸਾ 25 ਸਾਲ ਤੋਂ ਇਹਨਾਂ ਦੇ ਬਾਰੇ 'ਚ ਮਾਲੂਮਾਤ ਕਰਕੇ, ਔਰ ਇਹ ਹਿੰਦੂਆਂ ਨੂੰ ਸਾਡੇ ਖਿਲਾਫ ਕਰਦੇ ਰਹੇ, ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਕਰਦੇ ਰਹੇ, ਔਰ ਉਸ ਵੇਲੇ ਐਸਾ ਇਹ ਕਤਲੇਆਮ ਕਰਾਉਣ ਦੀ ਇਹਨਾਂ ਦੀ ਬੜੀਆਂ ਬੜੀਆਂ ਐਸੀਆਂ ਚੀਜ਼ਾਂ ਹੋਈਆਂ, ਔਰ ਇਹ ਪਤਾ ਨਹੀਂ ਕੁਛ ਸ਼ਾਇਦ ਮਤਲਬ ਹੈ ਉਹਨਾਂ ਦਾ ਐਸੇ ਉਹ ਕੁਛ ਤੇ ਇਸਤੇਮਾਲ ਕਰ, ਬਿਮਾਰ ਵੀ ਬੰਦੇ ਸਨ ਮਿਰਜ਼ਾ ਗੁਲਾਮ ਕਾਦਿਆਨੀ ਸਾਹਿਬ, ਅਤੇ ਉਹਨਾਂ ਨੇ ਐਸੀਆਂ ਆਪਣੀਆਂ, ਇੱਕ ਜਿਹੜੀ ਗੱਲ ਮੈਂ ਮੂੰਹ 'ਚ ਕਰ ਰਿਹਾ, ਹੋ ਸਕਦਾ ਮੇਰੇ ਕੋਲੋਂ ਗਲਤੀ ਹੋ ਜਾਵੇ, ਲੇਕਿਨ ਜਿਹੜਾ ਇੱਕ ਬੰਦਾ ਕਿਤਾਬ ਵਿੱਚ ਗੱਲਾਂ ਲਿਖਦਾ, ਕਿਤਾਬ 'ਤੇ ਇੱਕ ਬੜੀ ਮਤਲਬ ਹੈ ਐਸੀ ਚੀਜ਼ ਹੁੰਦੀ ਜਿਹੜੀ ਬੜੀ ਸੋਚ ਕੇ ਸਮਝ ਕੇ ਪਲਾਨਿੰਗ ਕਰਕੇ ਲਿਖੀ ਜਾਂਦੀ ਹੈ। ਅਤੇ ਤੁਹਾਡੇ ਜਿਹੜਾ ਧਰਮ ਹੈ ਉਸਦਾ ਅਸੀਂ ਮਤਲਬ ਹੈ ਉਸਦੀ ਇੱਜ਼ਤ ਕਰਨੇ ਹਾਂ, ਕਿਉਂਕਿ ਤੁਹਾਡਾ ਇੱਕ ਆਪਣਾ ਇੱਕ ਮਜ਼ਹਬ ਹੈ, ਇੱਕ ਨਾਂ ਹੈ ਤੁਹਾਡਾ, ਜਿਸ ਤਰ੍ਹਾਂ ਤੁਸੀਂ ਹੋ ਗਏ ਮੁਸਲਮਾਨ, ਹੋ ਗਏ ਹਿੰਦੂ, ਹੋ ਗਏ ਈਸਾਈ, ਕ੍ਰਿਸਚਨ, ਮਸੀਹ ਹੋ ਗਏ,
ਲੇਕਿਨ ਇਹ ਜਿਹੜੇ ਲੋਕ ਨੇ ਇਹ ਇਸ ਕਦਰ ਖਤਰਨਾਕ ਨੇ, ਯਕੀਨ ਕਰੋ ਇਹਨਾਂ ਦੇ ਅਕੀਦੇ, ਕਿ ਇਹਨਾਂ ਤੁਸੀਂ ਇਹਨਾਂ ਦੀ ਇਬਾਦਤ ਗਾਹ ਦੇ ਵਿੱਚ ਚਲੇ ਜਾਓ ਜਿਸ ਨੂੰ ਇਹ ਮਸਜਿਦ ਹੀ ਕਹਿੰਦੇ ਨੇ, ਤੇ ਤੁਹਾਨੂੰ ਪਤਾ ਲੱਗੇਗਾ ਕਿ ਜਨਾਬ ਮੈਂ ਸਮਝੀਏ ਅਸੀਂ ਮੁਸਲਮਾਨਾਂ ਦੇ ਵਿੱਚ ਆ ਗਏ ਹਾਂ। ਠੀਕ ਹੈ, ਹੁਣ ਮੈਂ ਤੁਹਾਨੂੰ ਅਰਜ਼ ਕਰਾਂ ਭਾਈ, ਇਹ ਪਲਾਨਿੰਗ ਕਰਕੇ ਕਿਤਾਬ ਦੇ ਵਿੱਚ ਤੁਹਾਡੇ ਗੁਰੂ ਸਾਹਿਬ ਦੇ ਬਾਰੇ 'ਚ ਔਰ ਸਿੱਖੀ ਦੇ ਬਾਰੇ 'ਚ, ਬਲਕਿ ਹਿੰਦੂਆਂ ਦੇ ਬਾਰੇ 'ਚ ਵੀ ਇਹਨਾਂ ਨੇ ਕਿਤਾਬਾਂ ਉਹ ਲਿਖੀਆਂ ਕਿ ਹਿੰਦੂਆਂ ਨਾਲ ਵੀ ਸਾਡੀਆਂ ਲੜਾਈਆਂ ਕੁਰਾਨ 'ਚ, ਔਰ ਹਿੰਦੂਆਂ ਨੇ ਫਿਰ ਸਾਡੇ ਮੁਸਲਮਾਨਾਂ ਦੇ ਖਿਲਾਫ ਉਹ ਕਿਤਾਬ ਲਿਖੀ ਜਿਸ ਦਾ ਕਿਤਾਬ ਲਿਖਣ ਵਾਲੇ ਨੂੰ ਉਸਨੇ ਕਤਲ ਕਰ ਦਿੱਤਾ ਸਾਡੇ ਬੰਦੇ ਨੇ, ਔਰ ਉਹ ਆਪ ਫਾਂਸੀ ਚੜ੍ਹ ਗਿਆ। ਜੀ ਇੱਕ ਮਿੰਟ, ਮੈਂ ਤੁਹਾਡੀ ਗੱਲ ਟੱਕ ਰਿਹਾ। ਐਸੇ ਇਹ ਸ਼ਰਾਰਤੀ ਜਮਾਤ ਹੈ, ਸੁਣੋ, ਇਹਨਾਂ ਤੁਹਾਡੇ ਬਾਰੇ ਵੀ ਤੇ ਲਿਖਿਆ ਹੋਊਗਾ ਗਲਤ। ਐ ਤੇ ਗੱਲ ਏ, ਉਸ ਤੁਹਾਡੇ ਕਿੰਨੇ, ਗੱਲ ਸੁਣੋ, ਕਿੰਨੇ ਗੁਰੂ ਨੇ ਤੁਹਾਡੇ, 10 ਨੇ ਗਿੱਲ ਸਾਹਿਬ, ਗੱਲ 10 ਗੁਰੂ ਨੇ ਤੁਹਾਡੇ। ਹਾਂ ਜੀ ਜੀ, ਹੁਣ ਹੁਣ ਅਗਰ ਕੋਈ ਬੰਦਾ ਇੱਕ ਉੱਠੇ ਸਿੱਖਾਂ ਹੀ ਵਿੱਚੋਂ ਕਵੇ ਮੈਨੂੰ ਬੜਾ ਗਿਆਨ ਹੋ ਗਿਆ, ਮੈਨੂੰ ਮੇਰੇ ਰੱਬ ਨੇ ਦੱਸਿਆ ਪਰਮਾਤਮਾ ਨੇ ਕਿ ਮੈਂ 11ਵਾਂ 12ਵਾਂ ਗੁਰੂ ਹੋ ਗਿਆ, ਮੰਨ ਲਓਗੇ? ਹੈਗੇ ਸਾਡੇ ਅਸੀਂ ਕਿਹਾ ਜਾ ਪਰੇ ਆਪਦਾ ਕੰਮ ਕਰ, ਉੱਠੇ ਗਈ। ਹਾਂ, ਜਾ ਪਰੇ ਆਪਣਾ ਕੰਮ, ਮਤਲਬ ਹੈ ਸਿੱਖ ਉਹਨੂੰ ਕਬੂਲ ਹੀ ਨਹੀਂ ਕਰਦੇ ਨਾ। ਸਾਡੇ ਜਿਹੜੇ ਨਬੀ ਸਾਹਿਬ ਆ ਨਾ, ਮੁਹੰਮਦ ਸੱਲਲਾ ਅਲੈਹਿ ਵਸੱਲਮ, ਉਹ ਆਖਰੀ ਸਾਡਾ ਜਿਹੜਾ ਮੰਨਣ ਹੈ ਭਾਈ, ਉਹ ਅੱਲਾ ਦੀ ਤਰਫੋਂ ਆਖਰੀ ਪ੍ਰੋਫਿਟ ਹੋਏ ਨੇ, ਉਹਨਾਂ ਤੋਂ ਬਾਅਦ ਕੋਈ ਨਹੀਂ ਹੈ ਹੋਰ। ਠੀਕ ਹੈ, ਤੇ ਇਹ ਹੀ ਗੱਲ ਹੈ ਉਹ ਵਾਲੀ ਜਿਹੜੀ ਤੁਸੀਂ ਕਹਿੰਦੇ ਹੋ ਚੱਲ ਪਰਾ ਆਪਣਾ ਕੰਮ ਕਰ, ਤੇ ਉਸਦਾ ਸਿੱਖੀ ਨਾਲ ਜਿਸ ਵੇਲੇ ਕੋਈ ਤਲਕ ਨਹੀਂ ਨਾ, ਇਹਨਾਂ ਮੁਸਲਮਾਨਾਂ ਦੇ ਨਾਲ ਕੋਈ ਤਲਕ ਨਹੀਂ। ਤੇ ਮੈਂ ਹੁਣ ਗੱਲ ਲੰਬੀ ਕਰਤੀ ਹੈ, ਸ਼ਾਹ ਸਾਹਿਬ ਮੌਜੂਦ ਨੇ, ਮੁਫਤੀ ਸਾਹਿਬ ਉਹ ਗੱਲ ਜਾਰੀ ਜੀ, ਮੁਫਤੀ ਸਾਹਿਬ ਗੱਲ ਜਾਰੀ ਕਰ ਰਹੇ ਹਾਂ ਜੀ। ਬੜੀ ਮਿਹਰਬਾਨੀ ਜੀ, ਅਸਲ ਦੇ ਵਿੱਚ ਵੇਖੋ ਇਹ ਰੱਬ ਪਾਕ ਦੀਆਂ ਕੋਈ ਮਿਹਰਬਾਨੀਆਂ ਨੇ, ਤੇ ਰੱਬ ਜਦੋਂ ਚਾਹੁੰਦਾ ਵੇ ਜੋ ਚਾਹੁੰਦਾ ਵੇ ਉਂਝ ਹੀ ਹੁੰਦਾ ਵੇ, ਬਸ ਇਹ ਇੱਕ ਇਹ ਮਸਲਾ ਛੇੜਨਾ ਸੀ, ਤੇ ਇਹਦੇ ਵਿੱਚ ਵੀ ਅੱਲਾ ਦੀਆਂ ਹਿਕਮਤਾਂ ਕੋਈ ਇੰਜ ਦੀਆਂ ਨੇ ਕਿ ਸ਼ਾਇਦ ਉਹ ਇਹ ਅੱਲਾ ਦੀ ਚਾਹਤ ਹੈ ਵੇ ਕਿ ਇਹਨਾਂ ਸਿੱਖਾਂ ਨੂੰ ਪਤਾ ਚੱਲੇ ਕਿ ਕਾਦੀਆਨੀਅਤ ਕੀ ਜੇ, ਅਤੇ ਕਾਦੀਆਨੀ ਜਿਹੜੇ ਨੇ ਤੁਹਾਡੇ ਬਾਰੇ ਕੀ ਸੋਚ ਅਤੇ ਵਿਚਾਰ ਰੱਖਦੇ ਨੇ, ਅਤੇ ਇਹ ਤੁਹਾਡੇ ਧਰਮ ਦਾ ਕਿੰਨਾ ਮਤਲਬ ਨੁਕਸਾਨ ਪਹੁੰਚਾ ਰਹੇ ਨੇ, ਅਤੇ ਇਹਨਾਂ ਦਾ ਜਿਹੜਾ ਗੁਰੂ ਸੀ ਮਿਰਜ਼ਾ ਕਾਦੀਆਨੀ, ਉਹਨੇ ਇਸ ਧਰਮ ਨੂੰ ਕਿੰਨਾ ਨੁਕਸਾਨ ਪਹੁੰਚਾਇਆ, ਅਤੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਮੁਸਲਮਾਨਾਂ ਦੇ ਵਿੱਚ ਵੀ ਬੜੀ ਇੱਜ਼ਤ ਅਤੇ ਮਕਾਮ ਰੱਖਦੇ ਨੇ, ਉਹਨਾਂ ਦੇ ਬਾਰੇ ਕਿੰਨੀਆਂ ਗਲਤ ਗੱਲਾਂ ਕਹੀਆਂ। ਅਤੇ ਚਲੋ ਵੇਖੋ ਨਾ ਜੀ, ਇਹ ਹੁਣ ਸਿੱਖ ਭਰਾ ਬੈਠੇ ਨੇ, ਅਤੇ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਹੁਣ ਕਾਦੀਆਨੀਅਤ ਦਾ ਮੁਤਾਲਾ ਕਰਾਂਗੇ, ਅਤੇ ਅਸੀਂ ਮੁਸਲਮਾਨਾਂ ਦੇ ਨਾਲ ਰਲ ਕੇ ਅਤੇ ਭਰਾ ਬੰਦੀ ਦੇ ਨਾਲ ਇਹ ਦੁਨੀਆਂ ਨੂੰ ਦੱਸਾਂਗੇ ਕਿ ਕਾਦੀਆਨੀਅਤ ਕੀ ਹੈ ਜੀ। ਬਿਲਕੁਲ ਬਿਲਕੁਲ ਮੁਫਤੀ ਜੀ, ਇੱਕ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਅਸੀਂ ਬਾਹਰ ਇੱਥੇ ਬੈਠੇ ਹਾਂ ਬਾਹਰਲੇ ਮੁਲਕਾਂ 'ਚ, ਮੇਰੇ ਇੱਥੇ ਦੋਸਤ ਆ ਉਹ ਆਉਂਦੇ ਸੀ ਮੁਸਲਮਾਨ ਆ, ਅਤੇ ਉਹ ਕੀਮਤਾਂ ਉਹਨਾਂ 'ਚ ਕਾਦੀਆਂ ਨਹੀਂ ਹੋਣ, ਤਾਂ ਮੈਨੂੰ ਕਿੱਦਾਂ ਪਤਾ ਲੱਗੂ ਇਹ ਕਾਦੀਆਂ ਨਹੀਂ ਆ? ਹਾਂ, ਇਹ ਦੱਸੋ ਜੇ ਉਹਦੀਆਂ ਨਿਸ਼ਾਨੀਆਂ ਇਹ ਹੋਣਗੀਆਂ ਕਿ ਜਿਹੜਾ ਜਿਹੜਾ ਮੁਸਲਮਾਨ ਆਪਣੇ ਆਪ ਨੂੰ ਕਹਿੰਦਾ ਵੇ, ਅਤੇ ਉਹ ਫਿਰਕੇ ਫਿਰਕੇ ਦੀਆਂ ਗੱਲਾਂ ਕਰੇਗਾ ਨਾ ਕਿ ਉਹ ਵੇਖੋ ਨਾ ਜੀ ਬੜੇ ਮੁਸਲਮਾਨ ਆਪਸ 'ਚ ਲੜਦੇ ਨੇ, ਅਤੇ ਉਹ ਮੁਸਲਮਾਨ ਉਹਨੂੰ ਕਾਫਰ ਕਹਿੰਦਾ, ਉਹ ਉਹਨੂੰ ਕਾਫਰ ਕਹਿੰਦਾ, ਜਾਂ ਜਿਹੜਾ ਜਨਾਬ ਤੁਹਾਡੀ ਚਾਪਲੋਸੀ ਕਰੇਗਾ, ਇਹ ਬੇਜਾ ਚਾਪਲੋਸੀ ਕਰੇਗਾ, ਸਮਝ ਲਓ ਕੋਈ ਗੜਬੜ ਹੈ, ਉਹ ਫਿਰ ਮੁਸਲਮਾਨ ਨਹੀਂ, ਉਹ ਕਾਦੀਆਨੀ ਹੈ ਉਹ ਬੰਦਾ। ਮੁਫਤੀ ਸਾਹਿਬ ਮਾਜ਼ਰਤ ਨਾਲ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਤੁਹਾਡੀ ਮੌਜੂਦਗੀ 'ਚ, ਭਾਈ ਸਿੰਘ ਸਾਹਿਬ ਜਿਸ 'ਤੇ ਸ਼ੱਕ ਪੈ ਜਾਵੇ ਨਾ, ਉਹਨੂੰ ਕਹੋ ਮਿਰਜ਼ਾ ਗੁਲਾਮ ਕਾਦੀਆਨੀ 'ਤੇ ਲਾਨਤ ਪਾਏ, ਉਹ ਸੱਜੇ ਖੱਬੇ ਕਰਨ ਲੱਗ ਜਾਏਗਾ।
ਅੱਛਾ ਮੈਂ ਨਾ ਮੋਤੀ ਸਾਹਿਬ ਇੱਕ ਅਰਜ਼ ਕਰਨ ਲੱਗਾ ਕਿ ਮੈਂ ਥੱਲੇ ਹਾਏ ਲਿਖ ਕੇ ਨਾ ਤੇ ਆਪਣੀ ਦੂਸਰੀ ਆਈ ਡੀ ਦੇ ਉੱਤੋਂ ਮੈਸੇਜ ਭੇਜਿਆ ਵੇ ਮੈਂ ਲਾਈਵ ਬੰਦ ਕਰਨ ਲੱਗਾ ਤੇ ਆਪਣੀ ਦੂਸਰੀ ਲਾਈਫ ਤੋਂ ਆਉਣ ਲੱਗਾ ਦੂਸਰੀ ਆਈ ਡੀ ਤੋਂ ਆਉਣ ਲੱਗਾ ਠੀਕ ਹੈ ਤੇ ਜਿੰਨੇ ਜਿੰਨੇ ਮੈਨੂੰ ਫਾਲੋ ਕਰਨਾ ਵੇ ਜਿੰਨੇ